ਇਹ ਕਿਰਪਾ ਤਾਂ ਮੇਰੇ 'ਤੇ ਇੱਕ ਤਰੀਕੇ ਦੀ ਸਾਰੀ ਗੁਰਦਾਸ ਮਾਨ ਸਾਹਿਬ ਦੀ ਹੋਈ ਹੈ। ਬੜੇ ਪਾਪੜ ਵੇਲੇ ਮੈਂ ਜ਼ਿੰਦਗੀ 'ਚ, ਕਹਿੰਦਾ ਸਾਧ ਨਾਲ ਕੀ ਵੇ ਤੈਨੂੰ, ਚੋਰ ਨਾਲ ਕੀ ਬਹਿ ਕੇ ਆਪਣੀ ਨਬੇੜ, ਤੈਨੂੰ ਹੋਰ ਨਾਲ ਕੀ। ਸਾਧ ਵੀ ਉਸਦਾ, ਚੋਰ ਵੀ ਉਸਦਾ, ਮ੍ਰਿਗ ਵੀ ਉਸਦਾ, ਮੋਰ ਵੀ ਉਸਦਾ, ਜਾਨ ਵੀ ਉਸਦੀ, ਜ਼ੋਰ ਵੀ ਉਸਦਾ, ਚੁੱਪ ਵੀ ਉਸਦੀ, ਸ਼ੋਰ ਵੀ ਉਸਦਾ, ਬਾਕੀ ਰਹਿ ਗਿਆ ਕੀ। ਕਿਸੇ ਦੇ ਚਰਨੀ ਲਾਕੇ ਜੀ, ਰੁੱਖੀ ਸੁੱਖੀ ਖਾ ਗੋਪਾਲਾ, ਠੰਡਾ ਪਾਣੀ ਪੀ ਕਿਸੇ ਦੇ ਚਰਨੀ ਲਾਕੇ। ਆਪ ਜੀ ਫਿਰ ਐਸਾ ਮੈਂ ਗੁਰਦਾਸ ਮਾਨ ਸਾਹਿਬ 'ਤੇ ਲੜ ਲੱਗਿਆ। ਅੱਜ ਫੋਰਚੂਨਰ ਗੱਡੀਆਂ ਨੇ, ਕਹਿੰਦਾ ਗੱਲ ਵੱਡੀ ਹੁੰਦੀ, ਗੱਲ ਵੱਡੀ ਹੁੰਦੀ ਵੱਡਿਆਂ ਦੀ, ਗੱਡੀਆਂ 'ਚ ਬੈਠਦੇ ਹਾਂ ਯਾਦ ਆਉਂਦੀ ਹੈ ਗੱਡੀਆਂ। ਮੈਂ ਸੇਠੀ ਦਾ ਬੱਸ ਚੱਲੇ ਅਤੇ ਰੋਟੀ 'ਤੇ ਮੇਰੀ ਫੋਟੋ ਲਾ ਕੇ ਲੋਕਾਂ ਨੂੰ ਖਵਾਈ ਜਾਵੇ, ਆਹ ਲਓ ਜੀ ਗੁਰਦਾਸ ਮਾਨ ਸਾਹਿਬ ਖਾਓ। ਬਾਬਾ ਮੁਰਾਦ ਸ਼ਾਹ ਜੀ ਦੀ ਬੜੀ ਕਿਰਪਾ ਉਹਨਾਂ ਦੇ ਉੱਤੇ। ਇਹ ਨਾ ਤੁਸੀਂ ਯਕੀਨ ਨਹੀਂ ਕਰੋਗੇ ਜੀ, ਮੈਂ ਇਹਦੇ ਨਾਲ ਦੀਆਂ ਨਾ ਘੱਟ ਤੋਂ ਘੱਟ ਵੀ 5,000 ਡਫਲੀਆਂ ਹੁਣ ਤੱਕ ਵੱਢ ਦਿੱਤੀਆਂ ਨੇ। ਭੁਗਤਣਾ ਵੀ ਪੈਣਾ, ਭੁਗਤਣਾ ਪਿਆ ਜੀ। ਮੈਂ 4 ਦਿਨ ਅੰਦਰ ਰਹਿ ਕੇ ਆਇਆ ਉਹਦੇ ਵਿੱਚ, ਮੈਂ ਮਾਫ਼ੀ ਵੀ ਮੰਗ ਲਈ ਸੀਗੀ ਉਹਨਾਂ ਨੂੰ, ਇਹ ਲੱਗਦਾ ਸੀਗਾ ਵੀ ਇੱਕ ਵਾਰੀ ਇਹਨੂੰ ਅੰਦਰ ਕਰਾ ਦਈਏ, ਸ਼ਾਇਦ ਇਹ ਬਦਨਾਮ ਹੋ ਜਾਏਗਾ, ਉਸ ਤੋਂ ਬਾਅਦ ਉਹ ਠੰਡਾ ਹੋ ਕੇ ਬਹਿ ਜਾਏਗਾ। ਪਰ ਫਿਰ ਉਸ ਤੋਂ ਬਾਅਦ ਦੇ ਵਿੱਚੋਂ ਦੀ ਜੀ, ਫਿਰ ਮੈਂ ਇੱਕ ਵਾਰੀ ਤਾਂ ਅੰਦਰੋਂ ਟੁੱਟ ਗਿਆ ਸੀਗਾ ਵੀ ਯਾਰ ਇਸ ਤਰ੍ਹਾਂ ਦਾ, ਮੈਂ ਆਪਣੇ ਸੋਚਿਆ ਤਾਂ ਹੈ ਨਹੀਂ ਸੀ ਕਿ ਇਸ ਤਰ੍ਹਾਂ ਹੋਣਾ ਹੋ ਜਾਏਗਾ। ਫਿਰ ਉਸ ਤੋਂ ਬਾਅਦ ਦੇ ਵਿੱਚੋਂ ਦੀ ਜੀ, ਮੈਂ ਇੱਕ ਗੀਤ ਗਾਇਆ, ਛੱਡ ਮਾਲਕ ਤੇ ਡੋਰਾ ਕਾਤੋਂ ਡੋਲਦਾ ਹੈ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਕੋਲ। ਛੱਡ ਮਾਲਕ ਤੇ ਡੋਰਾ ਕਾਤੋਂ ਡੋਲਦਾ ਏ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ। ਕੋਈ ਬੰਦਾ ਫਾਹਾ ਲੈ ਲਿਆ ਉਹਨੇ ਪੱਖੇ ਦੇ ਨਾਲ, ਉਹਨੂੰ ਉਤਾਰਨਾ ਆ ਕਿੱਡੀ ਮੁਸ਼ਕ ਮਾਰਦੀ ਹੁੰਦੀ ਹੈ ਇੱਕ ਇਨਸਾਨ ਦੀ ਮੁਸ਼ਕ। ਮੇਰੇ ਖਿਆਲ ਦੇ ਵਿੱਚ ਸ਼ਾਇਦ ਤੁਸੀਂ ਕਦੇ ਸੁੰਘੀ ਨਹੀਂ ਹੋਣੀ, ਜਿਹੜਾ ਹਫ਼ਤਾ ਇੱਕ ਹਫ਼ਤੇ ਦੀ ਡੈਡ ਬੋਡੀ ਹੁੰਦੀ ਹੈ ਪੁਰਾਣੀ, ਇੱਕ ਮਰੇ ਹੋਏ ਕੁੱਤੇ ਨਾਲੋਂ ਵੀ ਐਡੀ ਬੁਰੀ ਮੁਸ਼ਕ ਆਉਂਦੀ ਹੈ ਨਾ ਉਸ ਬੰਦੇ ਦੇ ਵਿੱਚੋਂ ਦੀ, ਬਹੁਤ ਜ਼ਿਆਦਾ ਜੀ ਸਾਨੂੰ ਤਾਂ ਕਹਿ ਅਹਿਸਾਸ। ਹਾਂ ਹਾਂ, ਇੱਕ ਵਾਰੀ ਪੱਖੇ ਨਾਲ ਚਾਕੂ ਨਾਲ ਅਸੀਂ ਉਹਨੂੰ ਉਤਾਰ ਰਹੇ ਸੀਗੇ, ਉਹ ਜਿੱਦਾਂ ਹੀ ਉਹ ਸੰਭਲਿਆ ਹੀ ਨਹੀਂ ਹੈ, ਉਹ ਨੀਚੇ ਗਿਰ ਗਿਆ, ਸਾਰਾ ਉਹਦਾ ਮਲ ਮੂਤਰ ਸਾਰਾ ਨਿਕਲ ਗਿਆ। ਵਾਏ ਹਾਏ। ਔਰ ਮੈਨੂੰ ਪ੍ਰਸ਼ਾਸਨ ਨੇ ਕਹਿਤਾ ਸੀਗਾ ਵੀ ਤੁਸੀਂ ਸੰਸਕਾਰ ਨਹੀਂ ਕਰ ਸਕਦੇ ਜੀ, ਵੀ ਤੁਸੀਂ ਆਪਣੀ ਮਾਂ ਦੇ ਨੇੜੇ ਨਹੀਂ ਆ ਸਕਦੇ। ਉੱਥੇ ਬੜਾ ਪੰਗਾ ਪਿਆ ਮੇਰਾ SDM ਸਾਹਿਬ ਦੇ ਨਾਲ, SHO ਸਾਹਿਬ ਦੇ ਨਾਲ। ਮੈਂ ਕਿਹਾ ਜੀ ਮੈਂ ਬੇਗਾਨੇ ਲੋਕਾਂ ਦੇ ਸੰਸਕਾਰ ਕਰਾ ਰਿਹਾ ਹੈਂ, ਅਤੇ ਕਿਆ ਮੈਂ ਆਪਣੀ ਮਾਂ ਦਾ ਸੰਸਕਾਰ ਨਹੀਂ ਕਰਵਾ ਸਕਦਾ। ਰਸਤੇ 'ਚ ਮੈਨੂੰ ਗੁਰਦਾਸ ਮਾਨ ਸਾਹਿਬ ਦਾ ਫੋਨ ਆਇਆ, ਉਹਨਾਂ ਨੇ ਮੈਨੂੰ ਹਮਦਰਦੀ ਕੀਤੀ। ਕੀ ਕਹਿੰਦੇ ਮਾਨ ਸਾਹਿਬ ਨੂੰ? ਮਾਨ ਸਾਹਿਬ ਉਹਨਾਂ ਨੇ ਰਵਾਤਾ ਸੀ ਮੈਨੂੰ, ਛੇਟੀ ਵਾਕਈ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਪੁੱਤ ਕੁ ਪੁੱਤ ਬਣੇ ਸੋ ਵਾਰੀ, ਮਾਂ ਰਹਿੰਦੀ ਮੈਂ ਬਣ ਕੇ, ਪੁੱਤਰਾਂ ਦੇ ਲਈ ਖੈਰਾ ਮੰਗਦੀ ਫੇਰ ਫੇਰ ਕੇ ਮੰਗ ਕੇ। ਪੁੱਤ ਮੇਰੇ ਤੋਂ ਤੱਤੀਆਂ ਬਾਵਾਂ ਰਹਿਣ ਪਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੋਲ ਹੁੰਦੇ ਆ ਇਸ ਤਰ੍ਹਾਂ ਦੇ। ਹਾਂ, ਮੈਂ ਤਾਂ ਉੱਥੇ ਜਾ ਕੇ, ਉੱਥੇ ਮੇਰੇ ਆਲੇ ਦੁਆਲੇ ਬੈਠੇ ਸਾਰੇ, ਮੈਂ ਕਿਹਾ ਤੂੰ ਕਿਹੜੇ ਕੇਸ 'ਚ ਆਇਆ ਹੋਏ? ਮੈਂ ਜੀ ਆਇਆ NDPS 'ਚ। ਤੂੰ ਬਈ? ਮੈਂ ਆਇਆ ਜੀ ਮਰਡਰ ਦੇ ਕੇਸ 'ਚ। ਤੂੰ ਆਏ? ਮੈਂ ਚੋਰੀ ਦੇ ਕੇਸ 'ਚ। ਮੈਂ ਕਿਹਾ ਸੁਣੋ ਮੇਰੀ ਗੱਲ, ਸਾਲੇ ਫਸ ਤਾਂ ਗਈ ਹੋ, ਠੀਕ ਹੈ, ਜੇਲ੍ਹ 'ਚ ਚੱਲ ਰਹੀ। ਹਾਂ, ਇਹ ਤਾਂ ਹੁਣ ਜਿਹੜੇ ਇੱਥੇ ਦਿਨ ਕੱਟਣੇ ਆ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਕੱਟਣੇ ਪੈਣੇ ਆ। ਸੋ ਇਸ ਕਰਕੇ ਜੇ ਹੱਸ ਕੇ ਕੱਟੋਗੇ ਤਾਂ ਤੁਹਾਡੇ ਸਰੀਰ ਵੀ ਠੀਕ ਰਹਿਣਗੇ, ਅਤੇ ਟੈਨਸ਼ਨਾਂ ਲਈ ਜਾਊਂਗੇ ਨਾ ਮੇਰੀ ਜਮਾਨਤ ਕਦੋਂ ਹੋਣੀ ਹੈ, ਮੈਂ ਬਾਹਰ ਕਦੋਂ ਜਾਊਂਗਾ, ਸਾਲੋ ਕਦੇ ਇੱਥੇ ਨਾ ਮਰ ਜਾਓ ਸੁੱਕੇ। ਫਿਰ ਉਹਨਾਂ ਨੂੰ ਮੈਂ ਪੀਪਾ ਪਿਆ ਸੀ ਉੱਥੇ ਇੱਕ, ਮੈਂ ਤੁਹਾਨੂੰ ਗਾਣਾ ਸੁਣਾਵਾਂ। ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ, ਹਾਸੇ ਨਾਲ ਕਹਿਵੇਂ ਜਵਾਨੀ ਦੋਸਤੋ, ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ, ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ, ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ।
ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਕਵਾਲੀ ਸੁਣੋ, ਤੂੰ ਕੁਜਾ ਮਨ ਕੁਜਾ, ਅਧਾਰਥ ਹੁੰਦਾ ਕਿ ਤੂੰ ਕਿੱਥੇ ਆ ਤੇ ਮੈਂ ਕਿੱਥੇ ਆ। ਸਾਡੀ ਸਾਰੀ ਉਮਰ ਜੰਗ ਹੀ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਲੱਭ ਪਾਉਂਦੇ, ਹਾਲਾਂਕਿ ਆਲੇ ਦੁਆਲੇ ਕੀ ਹੁੰਦਾ ਪਿਆ ਉਹਦੇ 'ਤੇ ਸਾਡੀ ਨਜ਼ਰ ਰਹਿੰਦੀ ਹੈ। ਇਹੀ ਸਾਡੀ ਜੰਗ ਹੈ ਆਪਣੇ ਆਪ ਨੂੰ ਲੱਭਣ ਦੀ। ਸੋਨੂੰ ਸੇਠੀ ਸਾਹਿਬ ਦੇ ਢਾਬੇ ਦੇ ਵਿੱਚ ਬੈਠਾ, ਸੇਠੀ ਸਾਹਿਬ ਨਾਲ ਗੱਲਾਂ ਕਰਾਂਗੇ ਔਰ ਗੱਲਾਂ ਦੇ ਵਿੱਚੋਂ ਕੁਛ ਲੱਭਣ ਦੀ ਕੋਸ਼ਿਸ਼ ਕਰਾਂਗੇ, ਉਹ ਲੱਭਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਸਾਡਾ ਭਲਾ ਹੋਵੇ, ਸਮਾਜ ਦਾ ਭਲਾ ਹੋਵੇ। ਵਕਤ ਦਿੱਤਾ, ਸ਼ੁਕਰੀਆ, ਨਮਸਕਾਰ। ਸੇਠੀ ਸਾਹਿਬ, ਕਿੱਥੋਂ ਸ਼ੁਰੂਆਤ ਹੁੰਦੀ ਹੈ ਸੇਠੀ ਸਾਹਿਬ ਦੀ, ਕਿੱਥੋਂ ਤੁਰੇ ਸੀਗੇ, ਕਿੱਥੇ ਪਹੁੰਚੇ ਹੋ? ਦੇਖੋ ਜੀ, ਇਹ ਕਿਰਪਾ ਤਾਂ ਮੇਰੇ 'ਤੇ ਇੱਕ ਤਰੀਕੇ ਦੀ ਸਾਰੀ ਗੁਰਦਾਸ ਮਾਨ ਸਾਹਿਬ ਦੀ ਹੋਈ ਹੈ। ਬੜੇ ਪਾਪੜ ਵੇਲੇ ਮੈਂ ਜ਼ਿੰਦਗੀ 'ਚ ਨੌਕਰੀਆਂ ਕੀਤੀਆਂ, ਫੜੀਆਂ ਲਾਈਆਂ ਚੰਡੀਗੜ੍ਹ, ਸਬਜ਼ੀਆਂ ਵੇਚੀਆਂ, ਡਰਾਈਵਰੀਆਂ ਕੀਤੀਆਂ, ਸ਼ਰਾਬ ਫੈਕਟਰੀਆਂ 'ਚ ਨੌਕਰੀ ਕੀਤੀ। ਅਤੇ ਮੈਨੂੰ ਯਾਦ ਹੈ ਉਦੋਂ ਅਸੀਂ ਬਨੂੜ ਰਹਿੰਦੇ ਹੁੰਦੇ ਸੀਗੇ, ਅਤੇ ਮੈਂ ਚੰਡੀਗੜ੍ਹ 26 ਸੈਕਟਰ ਸਬਜ਼ੀ ਵੇਚਦਾ ਹੁੰਦਾ ਸੀ, ਅਤੇ ਸਾਈਕਲ 'ਤੇ ਆਉਂਦਾ ਸੀਗਾ ਅਤੇ ਸਾਈਕਲ 'ਤੇ ਜਾਂਦਾ ਸੀ। ਮੇਰੀ ਮੰਮੀ ਨੇ ਮੈਨੂੰ ਕਿਹਾ ਵੀ ਅੱਜ ਤੇਰਾ ਜਨਮ ਦਿਨ ਹੈ ਅਤੇ ਤੂੰ ਟਾਈਮ 'ਤੇ ਆ ਜਾਈ ਘਰ। ਮੈਂ ਕਿਹਾ ਠੀਕ ਹੈ। ਅਤੇ ਮੈਂ ਉੱਥੇ ਪਾਲਕ ਦੀ ਪੰਡ ਲਿੱਤੀ ਅਤੇ 5 ਰੁਪਈਏ ਗੁੱਛੇ ਦੀ ਆਵਾਜ਼ ਮਾਰ ਕੇ, ਅਤੇ ਕੁਦਰਤੀ ਮੇਰੀ ਸਾਰੀ ਪਾਲਕ ਵਿਕ ਗਈ ਅਤੇ ਮੈਨੂੰ 175 ਰੁਪਈਏ ਬਚੇ ਉਹ 'ਚੋਂ ਦੀ। ਮੈਂ ਬੜਾ ਖੁਸ਼ ਹੋਇਆ ਵੀ ਅੱਜ ਮੈਂ ਛੇਤੀ ਵਿਹਲਾ ਹੋ ਗਿਆ। ਅਤੇ ਜਦੋਂ ਮੈਂ ਬਾਹਰ ਆਇਆ, ਆਪਣਾ ਕੰਡਾ ਵੱਟਾ ਚੱਕ ਕੇ ਬਾਹਰ ਆ ਕੇ ਵੇਖਿਆ, ਮੇਰਾ ਸਾਈਕਲ ਨਹੀਂ ਹੈਗਾ, ਮੇਰਾ ਸਾਈਕਲ ਹੀ ਚੋਰੀ ਹੋ ਗਿਆ ਉੱਥੋਂ ਦੀ। ਮੈਂ ਬੜਾ ਪਰੇਸ਼ਾਨ ਹੋਇਆ, ਕਦੇ ਇੱਧਰ ਲੱਭ ਕਦੇ ਉੱਧਰ ਲੱਭ। ਅਤੇ ਐਂਡ ਦੇ ਵਿੱਚ ਮੈਂ ਥਾਣੇ ਗਿਆ, ਉਹਨਾਂ ਨੂੰ ਜਾ ਕੇ ਕਿਹਾ ਜੀ ਮੈਂ ਵੀ ਇੱਥੇ ਮੇਰਾ ਸਾਈਕਲ ਖੜ੍ਹਾ ਹੋਇਆ ਸੀਗਾ, ਕਹਿੰਦੇ ਅਸੀਂ ਠੇਕਾ ਲਿੱਤਾ ਤੇਰੇ ਸਾਈਕਲ ਦਾ, ਅਸੀਂ ਕੀ ਕਰੀਏ। ਚਲੋ ਜੀ, ਹੁਣ ਮੈਨੂੰ ਆਪਣਾ ਡਰ ਵੀ ਲੱਗੇ ਵੀ ਜੀ ਮੈਂ ਘਰ ਗਿਆ ਤਾਂ ਮੇਰੇ ਤਾਂ ਪੈਣਗੇ ਜੁੱਤੀਆਂ ਵੀ ਸਾਈਕਲ ਕਿੱਥੇ ਆ। ਮੈਂ ਡਰਦਾ ਮਾਰਾ ਰਾਤੀ ਘਰ ਨਹੀਂ ਗਿਆ, ਉੱਥੇ ਹੀ 26 ਸੈਕਟਰ ਆਲੂਆਂ ਦੀ ਬੋਰੀਆਂ 'ਤੇ ਹੀ ਸੋ ਗਿਆ ਮੈਂ। ਉੱਧਰ ਮੇਰੀ ਮੰਮੀ ਨੇ ਕੇਕ ਕੂਕ ਵਗੈਰਾ ਮੰਗਵਾਇਆ ਹੋਇਆ ਸੀਗਾ, ਸਾਰਾ ਕੁਛ ਵਧੀਆ ਕੀਤਾ ਹੋਇਆ ਸੀ। ਅਤੇ ਜਦੋਂ ਮੈਂ ਸਵੇਰੇ ਘਰ ਗਿਆ, ਮੇਰੇ ਬਾਪੂ ਨੇ ਮੇਰਾ ਕਟਾਪਾ ਕੀਤਾ ਚੰਗਾ, ਉਸ ਵਾਲੇ ਰਾਤੀ ਘਰ ਕਿਉਂ ਨਹੀਂ ਆਇਆ। ਮੈਂ ਰੋਂਦੇ ਰੋਂਦੇ ਕਿਹਾ ਵੀ ਮੇਰਾ ਸਾਈਕਲ ਚੋਰੀ ਹੋ ਗਿਆ ਸੀ। ਅਤੇ ਫਿਰ ਮੇਰੀ ਮਾਂ ਨੇ ਉਸ ਟਾਈਮ ਕਿਹਾ ਸੀਗਾ ਵੀ ਪਰਮਾਤਮਾ ਤੈਨੂੰ ਇੰਨੀਆਂ ਗੱਡੀਆਂ ਦਏਗਾ ਨਾ। ਉਹੀ ਮਾਨ ਸਾਹਿਬ ਦਾ ਇੱਕ ਗਾਣਾ ਨਹੀਂ ਹੈ, ਆਨੀ ਕੁੜੀਏ ਜਾਣ ਜੋਗੀਏ ਦਰਦ ਦਿਲਾਂ ਨੂੰ ਛੋਇਆ, ਪਹਿਲੀ ਨੇ ਕਮਾਈ ਵਾਲਾ ਮੇਰਾ ਸਾਈਕਲ ਚੋਰੀ ਹੋਇਆ, ਇੱਕ ਫਕੀਰ ਖੁਦਾ ਦਾ ਬੰਦਾ ਮੇਰੇ ਅੱਗੇ ਆਣ ਖਲੋਇਆ, ਮੈਨੂੰ ਕਹਿਣ ਲੱਗਾ ਤੁਮ ਕਿਆ ਲਾਏ ਥੇ ਕਿਆ ਥਾ ਤੁਮਨੇ ਖੋਇਆ। ਮੈਂ ਕਿਹਾ ਬਾਬਾ ਜੀ ਮੇਰਾ ਸਾਈਕਲ ਚੋਰੀ ਹੋਇਆ। ਕਹਿੰਦਾ ਅਰੇ ਮੂਰਖ, ਸਾਈਕਲ ਲੈ ਕੇ ਗਾੜੀ ਦੇਗਾ ਤੂੰ ਕਿਆ ਜਾਣੇ ਮੋਇਆ। ਮਰ ਜਾਣਾ ਗੁਰਦਾਸ ਮਾਨ ਮੈਂ ਉਸੇ ਦਿਨ ਤੋਂ ਹੋਇਆ। ਕਹਿੰਦਾ ਸਾਧ ਨਾਲ ਕੀ ਵੇ ਤੈਨੂੰ, ਚੋਰ ਨਾਲ ਕੀ ਬਹਿ ਕੇ ਆਪਣੀ ਨਬੇੜ ਤੈਨੂੰ ਹੋਰ ਨਾਲ ਕੀ। ਸਾਧ ਵੀ ਉਸਦਾ, ਚੋਰ ਵੀ ਉਸਦਾ, ਮ੍ਰਿਗ ਵੀ ਉਸਦਾ, ਮੋਰ ਵੀ ਉਸਦਾ, ਜਾਨ ਵੀ ਉਸਦੀ, ਜ਼ੋਰ ਵੀ ਉਸਦਾ, ਚੁੱਪ ਵੀ ਉਸਦੀ, ਸ਼ੋਰ ਵੀ ਉਸਦਾ, ਬਾਕੀ ਰਹਿ ਗਿਆ ਕੀ। ਕਿਸੇ ਦੇ ਚਰਨੀ ਲਾਗੇ ਜੀ, ਰੁੱਖੀ ਸੁੱਖੀ ਖਾ ਗੁਪਾਲਾ, ਠੰਡਾ ਪਾਣੀ ਪੀ ਕਿਸੇ ਦੇ ਚਰਨੀ ਲਾਗੇ। ਅੱਜ ਜੀ ਫਿਰ ਐਸਾ ਮੈਂ ਗੁਰਦਾਸ ਮਾਨ ਸਾਹਿਬ ਦੇ ਲੜ ਲੱਗਿਆ। ਅੱਜ ਫੋਰਚੂਨਰ ਗੱਡੀਆਂ ਨੇ, ਕਹਿੰਦਾ ਗੱਲ ਵੱਡੀ ਹੁੰਦੀ, ਗੱਲ ਵੱਡੀ ਹੁੰਦੀ ਵੱਡਿਆਂ ਦੀ, ਗੱਡੀਆਂ 'ਚ ਬੈਠਦੇ ਹਾਂ ਯਾਦ ਆਉਂਦੀ ਹੈ ਗੱਡੀਆਂ, ਗੱਡੀਆਂ 'ਚ ਬੈਠਦੇ ਹਾਂ ਯਾਦ ਆਉਂਦੀ ਹੈ ਗੱਡੀਆਂ ਗੱਡਿਆਂ ਦੀ।
ਠੀਕ ਹੈ, ਪਾਪੜ ਬੜੇ ਵਿਹਲੇ ਜ਼ਿੰਦਗੀ ਦੇ ਵਿੱਚ, ਸ਼ਰਾਬ ਫੈਕਟਰੀਆਂ 'ਚ ਵੀ ਕੰਮ ਕੀਤਾ, ਸਬਜ਼ੀਆਂ ਵੀ ਵੇਚੀਆਂ, ਨੌਕਰੀਆਂ ਵੀ ਕੀਤੀਆਂ, ਫਿਰ ਚਾਰ ਚੰਨ ਕਦੋਂ ਲੱਗੇ ਜੀ, ਕਦੋਂ ਲੱਗਾ ਕਿ ਵੀ ਹਾਂ ਹੁਣ ਠੀਕ ਹੈ ਸਭ? ਫਿਰ ਜੀ ਮੈਂ ਹਾਤਾ ਖੋਲਿਆ, ਉਹ ਜਿਹੜਾ ਸ਼ਰਾਬ ਦੇ ਠੇਕੇ ਦੇ ਨਾਲ ਹੁੰਦਾ ਹਾਤਾ। ਅੱਛਾ, ਇਹ ਕਦੋਂ ਦੀ ਗੱਲ ਹੈ? ਇਹ ਹੋ ਗਿਆ ਜੀ 15 ਸਾਲ, 15-16 ਸਾਲ ਪੁਰਾਣੀ ਗੱਲ ਹੈ ਇਹ। ਠੀਕ ਹੈ, ਹਾਤਾ ਖੋਲਿਆ ਜੀ ਮੈਂ, ਅਤੇ ਉੱਥੇ ਰਾਤ ਨੂੰ ਮੈਂ ਨਾਲੇ ਲੋਕਾਂ ਨੂੰ ਪੈਗ ਲਵਾਇਆ ਕਰਨੇ, ਨਾਲੇ ਮਾਨ ਸਾਹਿਬ ਦੀ ਡਫਲੀ ਚੱਕ ਕੇ ਗਾਣੇ ਸੁਣਾਇਆ ਕਰਨੇ ਲੋਕਾਂ ਨੂੰ, ਬਸ ਐਂ ਕਰਦੇ ਕਰਦੇ ਮੇਰਾ ਹਾਤਾ ਚੱਲ ਗਿਆ। ਉਹ ਹੁਣ ਸ਼ਰਾਬ ਦਾ ਠੇਕਾ ਹੁੰਦਾ 1 ਸਾਲ ਵਾਸਤੇ, 1 ਸਾਲ ਬਾਅਦ ਉਹ ਬਦਲ ਜਾਂਦਾ, ਉਹ ਠੇਕਾ ਬੰਦ ਹੋ ਗਿਆ, ਮੇਰਾ ਹਾਤਾ ਹੀ ਬੰਦ ਹੋ ਗਿਆ। ਉਹ ਤੋਂ ਬਾਅਦ 'ਚੋਂ ਚਲੋ ਜੀ ਮੈਨੂੰ ਉਹ ਜਗ੍ਹਾ ਮਿਲ ਗਈ ਕਿਰਾਏ 'ਤੇ ਢਾਬੇ ਵਾਸਤੇ, ਫਿਰ ਮੈਂ ਉੱਥੇ ਗੁਰਦਾਸ ਮਾਨ ਸਾਹਿਬ ਦੀਆਂ ਵਧੀਆ ਵਧੀਆ ਫੋਟੋਆਂ ਲਾ ਕੇ, ਟੁੱਟੇ ਹੋਏ ਭਾਂਡੇ ਸੀਗੇ ਮੇਰੇ ਕੋਲ, ਇੱਕ ਪਤਾ ਨਹੀਂ ਕੋਈ ਸਰਕਾਰੀ ਸਮਾਨ ਵਿਕ ਰਿਹਾ ਸੀਗਾ ਮਣੀ ਮਾਜਰੇ, ਕੁਰਸੀਆਂ ਕਰਸੀਆਂ, ਉੱਥੋਂ ਮੈਂ ਸਾਰਾ ਸਮਾਨ ਖਰੀਦ ਕੇ ਲੈ ਕੇ ਆਇਆ। ਅਤੇ ਆਉਂਦਾ ਮੈਨੂੰ ਅੱਜ ਵੀ ਕੁਛ ਨਹੀਂ ਹੈ ਢਾਬੇ 'ਚ, ਨਾ ਮੈਨੂੰ ਕੋਈ ਸਬਜ਼ੀ ਬਣਾਉਣੀ ਆਵੇ, ਨਾ ਮੈਨੂੰ ਚਾਹ ਬਣਾਉਣੀ ਆਵੇ, ਕੁਛ ਨਹੀਂ ਆਉਂਦਾ। ਬਸ ਇਹ ਤਾਂ ਉਹ ਜਿਵੇਂ ਕਹਿੰਦੇ ਨਾ, ਨੁਸਰਤ ਕਰੇ ਕਵੱਲੀਆਂ ਤੇਰਾ ਬਸਿੱਧੀਆਂ ਪਾਵੇ, ਸੇਠੀ ਕਰੇ ਕਵੱਲੀਆਂ ਤੇਰਾ, ਇੱਦਾਂ ਦੀ ਗੱਲ ਹੈਗੀ ਆ ਨਾ, ਇੱਕ ਉਸ ਤਰ੍ਹਾਂ ਹੀ ਮੇਰੇ ਨਾਲ ਹੋਈ ਹੈ। ਮਾਨ ਸਾਹਿਬ ਨੂੰ ਪਹਿਲੀ ਵਾਰ ਕਦੋਂ ਮਿਲੇ ਤੁਸੀਂ? ਮਾਨ ਸਾਹਿਬ ਨੂੰ ਜੀ ਮੈਨੂੰ ਪਹਿਲੀ ਵਾਰੀ ਮਿਲਾਇਆ ਸੀਗਾ ਸੁਖਮਣੀ ਕਾਲਜ ਡੇਰਾ ਬੱਸੀ ਵਾਲਿਆਂ ਨੇ, ਮੈਂ ਆਪਣੇ ਢਾਬੇ ਦੇ ਬਾਹਰ ਝਾੜੂ ਮਾਰ ਰਿਹਾ ਸੀਗਾ, ਅਤੇ ਮੈਂ ਫੋਟੋਆਂ ਡਫਲੀਆਂ ਡਫਲੀਆਂ ਟੰਗੀਆਂ ਹੋਈਆਂ ਸੀਗੀਆਂ ਆਪਣੇ ਢਾਬੇ 'ਤੇ। ਉੱਥੇ ਦੇ ਮੈਡਮ ਸੀਗੇ ਪ੍ਰਿੰਸੀਪਲ, ਮੈਡਮ ਸੋਨੂ ਜੀ, ਉਹਨਾਂ ਨੇ ਮੈਨੂੰ ਕਿਹਾ ਵੀ ਸਾਡੇ ਢਾਬੇ ਸਾਡੇ ਨਾ ਇੱਥੇ ਕਾਲਜ ਦੇ ਵਿੱਚ ਗੁਰਦਾਸ ਮਾਨ ਸਾਹਿਬ ਆ ਰਹੇ ਹਾਂ, ਅਤੇ ਵੀ ਤੁਸੀਂ ਬਹੁਤ ਵੱਡੇ ਫੈਨ ਹੋ ਮਾਨ ਸਾਹਿਬ ਦੇ, ਅਤੇ ਅਸੀਂ ਨਾ ਤੁਹਾਨੂੰ ਉਹਨਾਂ ਦੇ ਹੱਥੋਂ ਦੀ ਸਨਮਾਨਿਤ ਕਰਵਾਵਾਂਗੇ, ਵੀ ਤੁਸੀਂ ਆਪਣਾ ਸਟਾਲ ਲਗਾ ਲਓ ਉੱਥੇ ਸਾਡੇ ਕਾਲਜ ਦੇ ਵਿੱਚ। ਮੈਨੂੰ ਇੰਨੀ ਖੁਸ਼ੀ ਹੋਈ ਸੀ ਕਿ ਵੀ ਮੈਨੂੰ ਗੁਰਦਾਸ ਮਾਨ ਸਾਹਿਬ ਦੇ ਹੱਥੋਂ ਦੀ ਸਨਮਾਨ ਹੋਣਾ। ਮੈਂ ਉੱਥੇ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਚਾਟੀ ਦੀ ਲੱਸੀ, ਮੱਖਣ ਮੁੱਖਣ ਮੈਂ ਸਾਰਾ ਉੱਥੇ ਫਰੀ ਹੋ ਲਾਤਾ ਸੀਗਾ, ਵੀ ਸਾਰੇ ਆਓ ਅਤੇ ਫਰੀ ਹੋ ਖਾਓ। ਔਰ ਮੈਂ ਪਹਿਲੀ ਵਾਰੀ ਮਿਲ, ਹੁਣ ਕਿੱਡਾ ਪੁਰਾਣਾ ਗਾਣਾ ਹੈ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਅੱਜ ਤੋਂ 35 ਸਾਲ ਪੁਰਾਣਾ ਗਾਣਾ ਉਹ, ਔਰ ਹਿੱਟ ਹੁਣ ਹੋਇਆ ਆ ਜਾ ਕੇ ਆ ਅਤੀ ਚਾਹ ਸਾਹਿਬ ਦਲਜੀਤ ਦੇ ਨਾਲ, ਉਸ ਵਕਤ ਨਹੀਂ ਹਿੱਟ ਹੋਇਆ ਸੀ ਇੰਨਾ। ਉਸ ਵਕਤ ਮਕਾਨ ਕੱਚੇ ਹੁੰਦੇ ਸੀ, ਇਮਾਨ ਸੱਚੇ ਹੁੰਦੇ ਸੀ, ਘੜੀ ਭਾਵੇਂ ਕਿਸੇ ਕਿਸੇ ਕੋਲ ਹੁੰਦੀ ਸੀ ਪਰ ਵਕਤ ਸਾਰਿਆਂ ਕੋਲ ਹੁੰਦਾ ਸੀ। ਇੱਕ ਪੱਗ ਦੀ ਇੱਜ਼ਤ ਹੁੰਦੀ ਸੀਗੀ, ਜੇ ਕਿਸੇ ਨੇ ਪੱਗ ਲਾ ਕੇ ਕਿਸੇ ਦੇ ਅੱਗੇ ਰੱਖਤੀ ਨਾ ਤਾਂ ਸਮਝੋ ਆਪਣੀ ਇੱਜ਼ਤ ਰੱਖਤੀ। ਨਸ਼ਿਆਂ ਨੇ ਪੱਟ 'ਤੇ ਪੰਜਾਬੀ ਗੱਭਰੂ, ਖੜਕਣ ਹੱਡੀਆਂ ਵਜਾਉਣ ਡਮਰੂ, ਸਿਆਸਤਾਂ ਨੇ ਮਾਰ ਲਈ ਜਵਾਨੀ ਚੜ੍ਹਦੀ, ਦਿਲ ਮਿਲੇ ਕਿਤੇ ਅੱਖ ਕਿਤੇ ਲੜਦੀ, ਮਰ ਜਾਣੇ ਮਾਨਾ ਕੀ ਭਰੋਸਾ ਕੱਲ੍ਹ ਦਾ, ਬੁਰਾ ਨਹੀਂ ਮਨਾਈ ਦਾ ਕਿਸੇ ਦੀ ਗੱਲ ਦਾ, ਕਹਿ ਗਏ ਲੋਕ ਸਿਆਣੇ। ਉਦੋਂ ਕਿੱਥੇ ਨਸ਼ੇ ਨੁਸ਼ੇ ਹੁੰਦੇ ਸੀਗੇ, ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਵੀ ਚਿੱਟਾ ਕੀ ਹੁੰਦਾ, ਸਮੈਕਾਂ ਕੀ ਹੁੰਦੀਆਂ ਨੇ, ਟੀਕੇ ਕੀ ਹੁੰਦੇ ਨੇ। ਇਹ ਤਾਂ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ, ਸੋਸ਼ਲ ਮੀਡੀਆ ਸਟਰੋਂਗ ਹੋ ਰਹੀ ਹੈ, ਅਤੇ ਨਾਲ ਫਿਰ ਬੁਰਾਈਆਂ ਵੀ ਨਾਲ ਹੀ ਆਉਂਦੀਆਂ ਹੁੰਦੀਆਂ ਨੇ। ਅੱਜ ਤਾਂ ਕਿੰਨੀ ਕੁ ਵਾਰ ਮੁਲਾਕਾਤ ਹੋਈ ਮਾਨ ਸਾਹਿਬ ਨੂੰ, ਗੁਰਦਾਸ ਮਾਨ ਸਾਹਿਬ ਨੂੰ? ਮੇਰੀ ਬਹੁਤ ਵਾਰੀ ਹੋ ਚੁੱਕੀ ਹੈ ਜੀ, ਮੈਂ ਮਾਨ ਸਾਹਿਬ ਢਾਬੇ 'ਤੇ ਆਏ ਗੁਰਦਾਸ ਮਾਨ ਸਾਹਿਬ ਢਾਬੇ 'ਤੇ ਆਏ ਜੀ, ਸ਼ੋਅ ਕਰਾਇਆ ਸੀਗਾ ਜੀ ਆਪਾਂ ਇੱਥੇ ਮਾਨ ਸਾਹਿਬ ਦਾ। ਅੱਛਾ, ਹਾਂ ਮਾਨ ਸਾਹਿਬ ਦਾ ਬਰਥਡੇ ਮਨਾਇਆ ਸੀ, ਮਾਨ ਸਾਹਿਬ ਆਏ, ਮੈਨੂੰ ਜਦੋਂ ਵੀ ਕਿਤੇ ਪ੍ਰੋਗਰਾਮ ਹੁੰਦਾ ਸਟੇਜ 'ਤੇ ਮੈਨੂੰ ਬੜੀ ਵਧੀਆ ਤਰੀਕੇ ਨਾਲ ਬੁਲਾਉਂਦੇ ਆ ਸੇਠੀ, ਕਹਿੰਦਾ ਸੇਠੀ ਦਾ ਬਸ ਚੱਲੇ ਅਤੇ ਇਹ ਰੋਟੀ 'ਤੇ ਮੇਰੀ ਫੋਟੋ ਲਾ ਕੇ ਲੋਕਾਂ ਨੂੰ ਖਵਾਈ ਜਾਵੇ, ਆਹ ਲਓ ਜੀ ਗੁਰਦਾਸ ਮਾਨ ਸਾਹਿਬ ਖਾਓ। ਬਹੁਤ ਪਿਆਰ ਦਿੰਦੇ ਆ ਜੀ, ਵੈਸੇ ਵੀ ਬਹੁਤ ਨਿਮਰਤਾ ਉਹਨਾਂ ਦੇ ਵਿੱਚ, ਬਾਬਾ ਮੁਰਾਦ ਸ਼ਾਹ ਜੀ ਦੀ ਬੜੀ ਕਿਰਪਾ ਉਹਨਾਂ ਦੇ ਉੱਤੇ, ਔਰ ਇੱਕ ਮਿਲਣਸਾਰ ਵੀ ਬਹੁਤ ਨੇ ਹਰ ਇੱਕ ਨੂੰ। ਹਾਂਜੀ ਹਾਂਜੀ, ਲੈ ਲੈ ਹੁਣ 1 ਮਈ ਨੂੰ ਆਪਣਾ ਮੇਲਾ ਲੱਗਣਾ ਉੱਥੇ,
ਜਾਣਾ ਮੈਂ ਬਾਬਾ ਜੀ ਦੇ ਬਾਰੇ ਉੱਥੇ ਬਹੁਤ ਲੋਕਾਂ ਦੇ ਕੋਲੋਂ ਕਿੱਸੇ ਸੁਣੇ ਹੋਏ ਨੇ, ਖੈਰ ਮੈਂ ਤਾਂ ਨਹੀਂ ਦੇਖਿਆ ਉਹਨਾਂ ਨੂੰ। ਕਹਿੰਦੇ ਇੱਕ ਵਾਰੀ ਇੱਕ ਬਾਬਾ ਜੀ ਕੋਲ ਜਨਾਨੀ ਆ ਗਈ ਪਿਲਪਿਲੇ ਜਿਹੇ ਕੇਲੇ ਲੈ ਕੇ, ਇਹ ਵੀ ਸੁਣੀ ਹੋਈ ਆ ਗੱਲ, ਅਤੇ ਕਹਿੰਦੀ ਬਾਬਾ ਜੀ ਮੇਰੇ ਮੁੰਡਾ ਨਹੀਂ ਹੁੰਦਾ, ਅਤੇ ਬਾਬਾ ਜੀ ਕੋਲ ਉਹਨੇ ਪਿਲਪਿਲੇ ਜਿਹੇ ਕੇਲੇ ਚੜ੍ਹਾ ਤੇ, ਅਤੇ ਸਾਲ ਕੁ ਬਾਅਦ ਉਹਦੇ ਮੁੰਡਾ ਹੋ ਗਿਆ। ਅਤੇ ਕਹਿੰਦੀ ਬਾਬਾ ਜੀ ਮੁੰਡਾ ਤਾਂ ਹੋ ਗਿਆ ਪਰ ਇਹਨਾਂ ਥੋੜ੍ਹਾ ਜਿਹਾ ਕਮਜ਼ੋਰ ਆ, ਪਿਲਪਿਲਾ ਜਿਹਾ ਹੈ। ਉਹ ਕਹਿੰਦਾ ਭਾਈ ਜੀ ਇਹੋ ਜਿਹੇ ਕੇਲੇ ਚੜ੍ਹਾਏ ਸੀ ਉਹੋ ਜਿਹਾ ਤੈਨੂੰ ਮੁੰਡਾ ਦਿੱਤਾ, ਇਹੋ ਜਿਹੇ ਗੱਲਾਂ ਮਾਂ ਉੱਥੇ ਤਾਂ ਖੈਰ ਲੋਕਾਂ ਦੀ ਜ਼ੁਬਾਨੀ ਸੁਣੀ ਦੀਆਂ। ਦੇਖੋ ਜੀ ਜਦੋਂ ਲੋਕਾਂ ਦੀ ਸ਼ਰਧਾ, ਜਦੋਂ ਲੋਕਾਂ ਦਾ ਇੱਕ ਜਨੂਨ, ਇੱਕ ਲੋਕਾਂ ਦੀ ਦੀਵਾਨਗੀ ਜਦੋਂ ਕਿਸੇ ਦਰਬਾਰ ਦੇ ਪ੍ਰਤੀ ਕਿਸੇ ਆਮ ਬੰਦੇ ਨੂੰ ਨਜ਼ਰ ਆਉਂਦੀ ਹੈ ਜਿਹਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ, ਤਾਂ ਆਟੋਮੈਟਿਕਲੀ ਫਿਰ ਉਸ ਬੰਦੇ ਨੂੰ ਵੀ ਖਿੱਚ ਪੈਂਦੀ ਹੈ ਵੀ ਨਹੀਂ ਯਾਰ ਇੱਥੇ ਕੁਛ ਹੈਗਾ ਯਾਰ। ਔਰ ਸਾਡੇ 'ਤੇ ਵੀ ਕਿਰਪਾ ਹੋਈ ਹੈ ਜੀ। ਕੀ ਕਿਰਪਾ ਹੋਈ ਤੁਹਾਡੇ 'ਤੇ? ਕਿਰਪਾ ਜੀ ਮੈਂ ਇੱਕ ਨੌਕਰੀਆਂ ਕਰਨ ਵਾਲਾ, ਮੇਰੇ 3-3 ਢਾਬੇ ਵੇਖੋ, ਉਹ ਮੈਨੂੰ ਉੜਾੜਾ ਨਹੀਂ ਆਉਂਦਾ, ਪਤਾ ਨਹੀਂ ਕਿੱਥੋਂ ਗਾਹਕ ਆਉਂਦੇ ਆ, ਕਿਵੇਂ ਚੱਲੀ ਜਾਂਦਾ, ਰੱਬ ਜਾਣੇ ਕਾਰੀਗਰ ਭੱਜ ਜਾਂਦੇ ਆ, ਦੂਜੇ ਆ ਜਾਂਦੇ ਆ। ਤੁਹਾਨੂੰ ਉੜਾੜਾ ਨਹੀਂ ਆਉਂਦਾ? ਮੈਨੂੰ ਨਹੀਂ ਆਉਂਦਾ। ਇਹ ਅਲਫਾਜ਼ਾਂ ਦੇ ਜਾਦੂਗਰ ਹੋ ਤੁਸੀਂ? ਹਾਂ ਨਹੀਂ ਨਹੀਂ ਉਹ ਜਾਦੂਗਰ ਤਾਂ ਖੈਰ ਇੱਕ ਉਹਦੀ ਮਾਨ ਸਾਹਿਬ ਦੀ ਬੰਦਗੀ ਕੀਤੀ ਹੈ, ਅਦਰਵਾਈਜ਼ ਆਉਂਦਾ ਹੁੰਦਾ ਮੈਨੂੰ ਕੁਛ ਨਹੀਂ ਹੈ। ਸੁਣਾਓ ਕੁਛ ਮੈਂ ਕਹਿੰਦਾ ਮਾਨ ਸਾਹਿਬ ਦਾ। ਆਏ ਬਾਬਾ ਜੀ, ਇੱਕ ਮਾਨ ਸਾਹਿਬ ਦਾ ਗਾਣਾ ਸੀਗਾ ਜੀ, ਰੋਟੀ ਹੱਕ ਦੀ ਖਾਈ ਹੈ ਜੀ ਭਾਵੇਂ ਬੂਟ ਪਾਲਸ਼ਣ ਕਰੀਏ। ਉਹਦੇ ਵਿੱਚ ਇੱਕ ਪੈਰਾ ਸੀ ਪਰ ਉਹ ਮਾਨ ਸਾਹਿਬ ਨੇ ਗਾਣੇ ਵਿੱਚ ਨਹੀਂ ਗਾਇਆ। ਉਹ ਮਿਹਨਤ ਵਿੱਚ ਬਰਕਤ ਹੈ ਤੇ ਬਰਕਤ ਦੇ ਵਿੱਚ ਰੱਬ ਦੀਆਂ ਦਾਤਾਂ, ਮਿਹਨਤ ਵਿੱਚ ਬਰਕਤ ਹੈ ਤੇ ਬਰਕਤ ਦੇ ਵਿੱਚ ਰੱਬ ਦੀਆਂ ਦਾਤਾਂ, ਦਾਤੇ ਨੇ ਦਿੱਤੀਆਂ ਨੇ ਨੇਮਤਾਂ ਮਸਤਾਂ ਔਰ ਸੁਗਾਤਾਂ। ਹੁਣ ਗੰਦਲਾ ਨਾ ਕਰੀਏ ਵੇ, ਹੁਣ ਗੰਦਲਾ ਨਾ ਕਰੀਏ, ਹੁਣ ਗੰਦਲਾ ਨਾ ਕਰੀਏ, ਪਾਣੀ ਜਿਸ ਖੂਹੀ ਦਾ ਕਰੀਏ, ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ। ਵਾਹ ਜੀ ਵਾਹ, ਤੁਸੀਂ ਡਫਲੀਆਂ ਵੀ ਕਾਫੀ ਮੈਨੂੰ ਲੱਗਦਾ ਰੱਖੀਆਂ ਹੋਈਆਂ, ਤੁਸੀਂ ਜਨਮ ਦਿਨ ਤੇ ਕੋਈ ਤਿਉਹਾਰ ਹੋਵੇ ਲੋਕਾਂ ਨੂੰ ਵੰਡਦੇ ਰਹਿੰਦੇ ਹੋ। ਹਾਂ ਹਾਂ, ਆਹ ਦੇਖੋ ਇੱਧਰ, ਇਹ ਨਾ ਤੁਸੀਂ ਯਕੀਨ ਨਹੀਂ ਕਰੋਗੇ ਜੀ, ਮੈਂ ਇਹਦੇ ਨਾਲ ਦੀਆਂ ਨਾ ਘੱਟ ਤੋਂ ਘੱਟ ਵੀ 5000 ਡਫਲੀਆਂ ਹੁਣ ਤੱਕ ਵੰਡ ਦਿੱਤੀਆਂ ਨੇ ਆਹ 15 ਸਾਲਾਂ ਦੇ ਵਿੱਚ। ਕਿਸੇ ਦਾ ਬਰਥਡੇ ਹੋਵੇ, ਸਾਡੇ ਢਾਬੇ 'ਤੇ ਸਟੇਜ ਲੱਗੀ ਹੋਈ ਹੈ, ਡੀਜੇ ਵਗੈਰਾ ਵਧੀਆ ਅੱਛੀ ਸਾਊਂਡ ਹੈ, ਲੋਕ ਨੱਚਦੇ ਆ ਇੱਥੇ ਆ ਕੇ। ਕਿਸੇ ਦਾ ਬਰਥਡੇ ਹੋਵੇ, ਕਿਸੇ ਦੀ ਐਨਵਰਸਰੀ ਹੋਵੇ, ਕਈ ਮਾਨ ਸਾਹਿਬ ਦੇ ਆਸ਼ਕ ਨੇ ਦੀਵਾਨੇ ਆ, ਜਿਹੜਾ ਸਾਨੂੰ ਕਹਿ ਦਿੰਦਾ ਭਾਅ ਜੀ ਸਾਨੂੰ ਡਫਲੀ ਦੇ ਦਿਓ, ਅਸੀਂ ਚੱਕ ਕੇ ਉਸੇ ਵਕਤ ਦੇ ਦਿੰਦੇ ਹਾਂ। ਆਲੋ ਜੀ, ਬੁਰਾ ਲੱਗਦਾ ਤੈਨੂੰ ਜਦੋਂ ਕੋਈ ਮਤਲਬ ਕਿ ਮਾਨ ਸਾਹਿਬ ਦੇ ਉੱਤੇ ਗਲਤ ਟਿੱਪਣੀ ਕਰਦਾ, ਜਾਂ ਪਿੱਛੇ 'ਚ ਇੱਕ ਦੌਰ ਆਇਆ ਸੀਗਾ ਫਿਰ ਮਾਨ ਸਾਹਿਬ ਨੇ ਗੀਤ ਰਾਹੀਂ ਜਵਾਬ ਦਿੱਤਾ? ਹਾਂ, ਬਹੁਤ ਸੋਹਣਾ ਗੀਤ ਸੀਗਾ। ਦੇਖੋ ਜੀ ਲੋਕਾਂ ਦਾ ਕੀ ਹੈ, ਲੋਕਾਂ ਦਾ ਕੀ, ਗੱਲਾਂ ਵਿੱਚੋਂ ਗੱਲ ਕੱਢ ਲੈਂਦੇ ਨੇ, ਸਿੱਧੇ ਸਾਧੇ ਬੰਦੇ ਵਿੱਚੋਂ ਵੱਲ ਕੱਢ ਲੈਂਦੇ ਨੇ। ਸਾਡੀ ਗੱਲ ਰੱਦੀ ਹੈ ਅਤੇ ਰੱਦੀ ਰਹਿਣ ਦੇ, ਸਾਡੀ ਜਿੱਥੇ ਲੱਗੀ ਹੈ ਅਤੇ ਲੱਗੀ ਰਹਿਣ ਦੇ। ਲੋਕ ਤਾਂ ਭਗਤ ਸਿੰਘ ਨੂੰ ਵੀ ਪੁੱਠਾ ਬੋਲੀ ਜਾਂਦੇ ਆ, ਆਹ ਪਿੱਛੇ 'ਚ ਬੜਾ ਰੌਲਾ ਪਿਆ ਸੀਗਾ। ਦੁਨੀਆ ਹੈ ਜੀ, ਇਹ ਤਾਂ ਜਦੋਂ ਬੰਦਾ ਦੁਨੀਆ ਛੱਡ ਕੇ ਚਲਾ ਜਾਂਦਾ ਨਾ, ਉਸ ਤੋਂ ਬਾਅਦ ਦੇ ਵਿੱਚੋਂ ਦੀ ਫਿਰ ਉਹਨੂੰ ਯਾਦ ਕੀਤਾ ਜਾਂਦਾ ਵੀ ਨਹੀਂ ਯਾਰ ਉਹ ਬੰਦਾ ਵਾਕਈ ਸੱਚਾ ਸੀ। ਫਿਰ ਮਰਿਆ ਤੋਂ ਬਾਅਦ ਦੇ ਵਿੱਚੋਂ ਤਗਮੇ ਪਏ ਤਾਂ ਫਿਰ ਕੀ ਪਏ, ਜਿਉਂਦੇ ਜੀ ਦੀ ਗੱਲ ਹੋਣੀ ਚਾਹੀਦੀ ਹੈ। ਹੁਣ ਉਹ
ਕੈਨੇਡਾ ਦੇ ਵਿੱਚ ਹੋਇਆ ਸੀ ਨਾ, ਉਹ ਨੌਜਵਾਨ ਜਿਹੇ ਮੁੰਡੇ, ਜਦੋਂ ਕਿ ਮਾਨ ਸਾਹਿਬ ਦੇ ਪੋਤਿਆਂ ਦੇ ਬਰਾਬਰ ਸੀ ਉਹ, ਜਿਹਨਾਂ ਨੂੰ ਦੱਸ ਰਹੇ ਸੀਗੇ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਹਿੰਦੀ ਸਾਡੀ ਮਾਸੀ ਹੈ, ਠੀਕ ਹੈ, ਜਿਹੜੇ ਦੇਸ਼ 'ਚ ਤੁਸੀਂ ਰਹਿ ਰਹੇ ਹੋ ਇੱਕ ਸਾਡੀ ਆਪਣੀ ਆਈਡੈਂਟੀਟੀ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਕਿੱਥੇ ਦੇ ਹਾਂ। ਅੱਧੇ ਬੋਰਡ ਸਾਡੇ ਪੰਜਾਬ ਦੇ ਵਿੱਚ ਹਿੰਦੀ 'ਚ ਲੱਗੇ ਹੋਏ ਨੇ, ਹੁਣ ਪ੍ਰਵਾਸੀ ਇੰਨੇ ਆ ਗਏ ਆ ਸਾਡੇ ਪੰਜਾਬ ਦੇ ਵਿੱਚ, ਉਹਨਾਂ ਨੂੰ ਪੰਜਾਬੀ ਆਉਂਦੀ ਹੋਈ ਨੀਗੀ, ਹੁਣ ਹਰ ਇੱਕ ਬੰਦੇ ਨੇ ਆਪਣਾ ਰੁਜ਼ਗਾਰ ਵੀ ਚਲਾਉਣਾ, ਰੋਜ਼ੀ ਰੋਟੀ ਵੀ ਚਲਾਉਣੀ ਹੈ। ਇੱਕ ਛੋਟੀ ਜਿਹੀ ਗੱਲ ਦਾ ਐਡਾ ਮੁੱਦਾ, ਚਲੋ ਪਬਲਿਕ ਹੈ ਜੀ, ਲੋਕ ਹੈ, ਕਿਸੇ ਨੂੰ ਕੀ ਕਹਿ ਸਕਦੇ ਹਾਂ। ਸਭ ਤੋਂ ਬੁਰਾ ਟਾਈਮ ਕਿਹੜਾ ਮੰਨਦੇ ਹੋ ਆਪਦੀ ਜ਼ਿੰਦਗੀ ਦਾ? ਜ਼ਿੰਦਗੀ 'ਚ ਬੁਰੇ ਟਾਈਮ ਆਉਂਦੇ ਹੀ ਰਹਿੰਦੇ ਹੁੰਦੇ ਆ ਜੀ, ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ। ਬਾਕੀ ਇਹ ਹੈ ਕਿ ਜਦੋਂ ਬੰਦਾ ਸਾਹਮਣਾ ਕਰਨ 'ਤੇ ਆ ਜਾਵੇ ਅਤੇ ਬਸ ਫਿਰ ਪਰਮਾਤਮਾ ਵੀ ਬਾਂਹ ਫੜਨ ਦਾ ਹੁੰਦਾ। ਸੇਠੀ ਸਾਹਿਬ, ਪਿੱਛੇ ਜੇ ਬੜੀਆਂ ਕੰਟਰੋਵਰਸੀ ਹੋਈਆਂ ਤੁਹਾਡੀ ਜ਼ਿੰਦਗੀ 'ਚ ਵੀ, ਕੰਟਰੋਵਰਸੀ ਹੋਈ ਜੀ ਇੱਕ ਗੁਰਬਾਣੀ ਦੇ ਉੱਤੇ। ਉਹਦਾ ਦੇਖੋ ਜੀ, ਇਸ ਤਰ੍ਹਾਂ ਮੈਨੂੰ ਛੋਟੇ ਹੁੰਦੇ ਹੀ ਆ ਗਾਉਣ ਦਾ ਸ਼ੌਂਕ ਹੈ। ਸਾਡੇ ਛੋਟੇ ਹੁੰਦੇ ਪ੍ਰਭਾਤ ਫੇਰੀ ਨਿਕਲਦੀ ਹੁੰਦੀ ਸੀਗੀ ਉੱਥੇ ਮੁਹੱਲੇ, ਸਾਡੇ ਮੁਹੱਲੇ 'ਚ ਨਾ, ਅਤੇ ਉੱਥੇ ਮੈਂ ਢੋਲਕੀ ਵਜਾਉਂਦਾ ਹੁੰਦਾ ਸੀਗਾ, ਅਤੇ ਜਦੋਂ ਅਸੀਂ ਨਿਕਲਦੇ ਸੀਗੇ ਉਸ ਵਕਤ ਉਹ ਸ਼ਬਦ ਗਾਇਆ ਜਾਂਦਾ ਸੀ, ਅਮਗਰ ਸਾਚਰਾ ਜੀ। ਹੁਣ ਮੈਂ ਹੈਗਾ ਜੀ ਹਿੰਦੂ, ਠੀਕ ਹੈ, ਹੁਣ ਉਹ ਅਸੀਂ ਮਸਜਿਦ ਦੇ ਵਿੱਚ ਚਲੇ ਜਾਈਏ ਜਦੋਂ ਕਿ ਅਸੀਂ ਕਦੇ ਗਏ ਨਹੀਂ ਹੈ, ਹੁਣ ਸਾਨੂੰ ਕੀ ਪਤਾ ਵੀ ਉੱਥੇ ਕਿਸ ਤਰੀਕੇ ਨਾਲ ਨਮਾਜ਼ ਅਦਾ ਹੋਣੀ ਹੈ, ਕਿਸ ਤਰੀਕੇ ਨਾਲ ਅਸੀਂ ਉੱਥੇ ਇਸ ਤਰ੍ਹਾਂ ਮੱਥੇ ਹੀ ਟੇਕਾਂਗੇ। ਹੁਣ ਸਾਡੇ ਢਾਬੇ ਦੇ ਤੀਆਂ ਦਾ ਪ੍ਰੋਗਰਾਮ ਸੀਗਾ, ਤੁਹਾਡਾ ਕਹਿਣ ਦਾ ਭਾਵ ਇਹ ਕਿ ਤੁਹਾਡੀ ਭਾਵਨਾ ਗਲਤ ਉਹ ਨਹੀਂ ਹੈ ਜੀ, ਤੁਹਾਡੀ ਭਾਵਨਾ ਗਲਤ ਨਹੀਂ ਸੀ, ਤੁਹਾਡੇ ਸੱਚੇ ਸੁੱਚੇ। ਹਾਂ, ਮੈਂ ਤਾਂ ਕਦੇ ਵੀ ਅਸੀਂ ਨਾ ਕਦੇ ਤੁਹਾਨੂੰ ਫਿਰ ਭੁਗਤਣਾ ਵੀ ਪਿਆ ਨਾ, ਭੁਗਤਣਾ ਪਿਆ ਜੀ। ਮੈਂ 4 ਦਿਨ ਅੰਦਰ ਰਹਿ ਕੇ ਆਇਆ ਉਹਦੇ ਵਿੱਚ, ਮੈਂ ਮਾਫ਼ੀ ਵੀ ਮੰਗ ਲਈ ਸੀਗੀ। ਕੁਛ ਇੱਥੇ ਦੇ ਲੋਕ ਇਹ ਵੀ ਸੋਚਦੇ ਨੇ ਐਡਾ ਮਸ਼ਹੂਰ ਹੈ ਕਿਤੇ MLA ਬਣ ਜਾਵੇ, ਕਿਤੇ ਵੋਟਾਂ 'ਚ ਨਾ ਖੜਾ ਹੋ ਜਾਵੇ, ਉਹੋ ਜਿਹੇ ਲੋਕ। ਹਾਂ, ਤਾਂ ਹੈ ਹੀ ਹੈ ਜੀ, ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਇੱਕ ਵਾਰੀ ਇਹਨੂੰ ਅੰਦਰ ਕਰਾ ਦਈਏ, ਸ਼ਾਇਦ ਇਹ ਬਦਨਾਮ ਹੋ ਜਾਵੇਗਾ, ਉਸ ਤੋਂ ਬਾਅਦ ਠੰਡਾ ਹੋ ਕੇ ਬਹਿ ਜਾਵੇਗਾ। ਪਰ ਫਿਰ ਉਸ ਤੋਂ ਬਾਅਦ ਦੇ ਵਿੱਚੋਂ ਦੀ ਜੀ, ਫਿਰ ਮੈਂ ਇੱਕ ਵਾਰੀ ਤਾਂ ਅੰਦਰ ਟੁੱਟ ਗਿਆ ਸੀਗਾ ਵੀ ਯਾਰ ਇਸ ਤਰ੍ਹਾਂ ਦਾ, ਮੈਂ ਆਪਣੇ ਸੋਚਿਆ ਤਾਂ ਹੈ ਨਹੀਂ ਸੀ ਕਿ ਇਸ ਤਰ੍ਹਾਂ ਹੋਣਾ ਹੋ ਜਾਵੇਗਾ। ਫਿਰ ਉਸ ਤੋਂ ਬਾਅਦ ਦੇ ਵਿੱਚੋਂ ਦੀ ਜੀ, ਮੈਂ ਇੱਕ ਗੀਤ ਗਾਇਆ, ਛੱਡ ਮਾਲਕ ਤੇ ਡੋਰਾ ਕਾ ਤੋਂ ਡੋਲਦਾ ਹੈ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ। ਇੱਦਾਂ ਨਹੀਂ ਸੁਣਾਓ ਤੁਸੀਂ, ਔਰ ਸ਼ੂਟ ਵੀ ਗੁਰਦੁਆਰੇ ਦੇ ਵਿੱਚ ਹੀ ਕੀਤਾ ਸੀਗਾ। ਕਾਦੇ ਪਛਤਾਵੇ ਨੇ ਸਭ ਇੱਥੇ ਹੀ ਰਹਿ ਜਾਣਾ, ਕਾਦੇ ਪਛਤਾਵੇ ਨੇ ਸਭ ਇੱਥੇ ਹੀ ਰਹਿ ਜਾਣਾ। ਛੱਡ ਦੇ ਤੂੰ ਸੇਠੀ ਓਏ, ਛੱਡ ਦੇ ਤੂੰ ਸੇਠੀ ਓਏ, ਮਿੱਟੀ ਕਿਉਂ ਫੋਲਦਾ ਏ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ। ਛੱਡ ਮਾਲਕ ਤੇ ਡੋਰਾਂ ਕਾਂ ਤੋਂ ਡੋਲਦਾ ਏ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ, ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਏ। ਉਹ ਗਾਣਾ ਸਾਡਾ ਜੀ ਐਡਾ ਮਸ਼ਹੂਰ ਹੋਇਆ, ਮੈਨੂੰ ਕਿਸੇ ਨੇ ਦੱਸਿਆ ਸੀਗਾ, ਸਾਨੂੰ ਪਾਕਿਸਤਾਨ ਤੋਂ ਵੀ ਫੋਨ ਆਏ ਸੀਗੇ, ਕਿਉਂਕਿ ਜਿਹੜੇ ਉੱਥੇ ਦੇ ਵਜ਼ੀਰੇ ਆਜ਼ਮ ਸੀ ਨਾ ਇਮਰਾਨ ਖਾਨ ਸਾਹਿਬ, ਉਹ ਜਦੋਂ ਆਪਣੀ ਕੁਰਸੀ ਤੋਂ ਉਤਰੇ ਸੀਗੇ, ਉਹਨਾਂ ਨੇ ਇਸ ਗਾਣੇ ਦੀ ਟਿਕਟੋਕ ਬਣਾ ਕੇ
ਉਹ ਕਰਤੀ ਸੀ ਵਾਇਰਲ, ਉਹ ਪੂਰੇ ਪਾਕਿਸਤਾਨ ਦੇ ਵਿੱਚ ਹੀ ਉਹ ਚੀਜ਼ ਛਾ ਗਈ ਸੀ। ਸਾਡੀ ਬੜੀਆਂ ਇੰਟਰਵਿਊ ਹੋਈਆਂ। ਬੜਾ ਸੋਹਣਾ ਗੀਤ ਹੈ, ਇੱਕ ਪੈਰਾ ਹੋਰ ਸੁਣਾਓ ਕੋਈ, ਇੱਦਾਂ ਹੀ ਸੁਣਾ ਦਿਓ ਭਾਵੇਂ। ਹੁਣ ਮੇਰੇ ਪੂਰਾ ਯਾਦ ਨਹੀਂ ਹੈ, ਇਹ ਵੈਸੇ ਗਾਣਾ ਮੈਂ ਨਹੀਂ ਗਾਇਆ ਸੀ, ਮੇਰੇ ਦੋਸਤ ਨੇ ਗਾਇਆ ਸੀ, ਉਹ 'ਚ ਐਕਟ ਮੈਂ ਕੀਤਾ ਸੀ। ਅੱਛਾ ਸੇਠੀ ਸਾਹਿਬ, ਤੁਸੀਂ ਕਿਹਾ ਕਿ ਤੁਸੀਂ ਟੁੱਟ ਗਏ ਸੀਗੇ। ਹਾਂ, ਬਹੁਤ ਟੁੱਟ ਗਿਆ। ਮੈਂ ਚਾਹੁੰਦਾ ਹੈਗਾ ਮੈਂ ਕਿ ਤੁਸੀਂ ਨਾ ਦੱਸੋ ਜਿਹੜੇ ਲੋਕ ਸੁਣਦੇ ਪਏ ਆ, ਕਿਉਂਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਹੈਗੇ ਆ। ਟੁੱਟੇ ਕਿਵੇਂ ਟੁੱਟੇ, ਜਦੋਂ ਪਰਚਾ ਹੋ ਗਿਆ, ਉਸ ਤੋਂ ਬਾਅਦ ਉਹ ਸੇਠੀ ਜੋ ਇੱਥੇ ਸਟੇਜ ਦੇ ਉੱਤੇ ਪਰਫੋਰਮ ਕਰਦਾ, ਉਹ ਸੇਠੀ ਦੇ ਗੀਤਾਂ ਨੂੰ ਸੁਣ ਕੇ ਲੋਕ ਤਾੜੀਆਂ ਜਾਂਦੇ, ਉਸੇ ਸੇਠੀ ਨੂੰ ਪੁਲਿਸ ਅਰੈਸਟ ਕਰਦੀ ਹੈ, ਜੇਲ੍ਹ ਜਾਣਾ ਪੈ ਜਾਂਦਾ ਹੈਗਾ 4 ਦਿਨਾਂ ਦੇ ਲਈ। ਕੀ ਸਮਾਂ ਸੀਗਾ ਜੀ, ਉਹਦੇ ਬਾਰੇ ਡਿਟੇਲ 'ਚ ਦੱਸਣਾ ਥੋੜ੍ਹਾ। ਦੇਖੋ ਜੀ, ਇਸ ਤਰ੍ਹਾਂ ਮੈਂ ਹੁਣ ਅਸੀਂ ਮੈਂ ਹੁਣ ਤੱਕ ਨਾ ਆਪਣੇ ਹੱਥਾਂ ਦੇ ਨਾਲ 1000 ਤੋਂ ਵੀ ਜ਼ਿਆਦਾ ਲਵਾਰਸ ਡੈੱਡ ਬੋਡੀਆਂ ਦੇ ਸੰਸਕਾਰ ਕਰ ਚੁੱਕੇ ਹਾਂ। ਜਦੋਂ ਕਿ ਇੱਕ ਡੈੱਡ ਬੋਡੀ ਦੇ ਉੱਤੇ 6-7 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਆ, ਉਸ ਤੋਂ ਬਾਅਦ 'ਚ ਉਹਨਾਂ ਦੀ ਅਸਥੀਆਂ ਲੈ ਕੇ ਜਾਣੀਆਂ ਹਰਿਦੁਆਰ, ਔਰ ਘੱਟ ਤੋਂ ਘੱਟ ਵੀ 10-15 ਹਜ਼ਾਰ ਇਹਨਾਂ 15 ਸਾਲਾਂ ਦੇ ਵਿੱਚ ਸਾਡੀਆਂ 3 ਐਂਬੂਲੈਂਸਾਂ ਐਕਸੀਡੈਂਟ ਕੇਸਾਂ ਦੇ ਵਿੱਚ ਘਾਇਲ ਲੋਕਾਂ ਨੂੰ, ਜਦੋਂ ਕਿ ਸਾਡੀ ਐਂਬੂਲੈਂਸ 108 ਨੰਬਰ ਤੋਂ ਪਹਿਲਾਂ ਜਾਂਦੀ ਹੈ। ਕਿਸੇ ਨੇ ਸੂਸਾਈਡ ਕਰ ਲਿਆ, ਹੁਣ ਕੋਈ ਬੰਦਾ ਫਾਹਾ ਲੈ ਲਿਆ ਉਹਨੇ ਪੱਖੇ ਦੇ ਨਾਲ, ਉਹਨੂੰ ਉਤਾਰਨਾ ਆ, ਕਿੱਡੀ ਮੁਸ਼ਕ ਮਾਰਦੀ ਹੁੰਦੀ ਹੈ ਇੱਕ ਇਨਸਾਨ ਦੀ ਮੁਸ਼ਕ। ਮੇਰੇ ਖਿਆਲ ਦੇ ਵਿੱਚ ਸ਼ਾਇਦ ਤੁਸੀਂ ਕਦੇ ਸੁੰਘੀ ਨਹੀਂ ਹੋਣੀ, ਜਿਹੜਾ ਹਫ਼ਤਾ 1 ਹਫ਼ਤੇ ਦੀ ਡੈੱਡ ਬੋਡੀ ਹੁੰਦੀ ਹੈ ਪੁਰਾਣੀ, ਇੱਕ ਮਰੇ ਹੋਏ ਕੁੱਤੇ ਨਾਲੋਂ ਵੀ ਐਡੀ ਬੁਰੀ ਮੁਸ਼ਕ ਆਉਂਦੀ ਹੈ ਨਾ ਉਸ ਬੰਦੇ ਦੇ ਵਿੱਚੋਂ ਦੀ। ਲਾਈਆਂ ਤੁਸੀਂ ਬਹੁਤ ਜ਼ਿਆਦਾ ਜੀ, ਸਾਨੂੰ ਅਹਿਸਾਸ। ਹਾਂ ਹਾਂ, ਇੱਕ ਵਾਰੀ ਪੱਖੇ ਨਾਲ ਚਾਕੂ ਨਾਲ ਅਸੀਂ ਉਹਨੂੰ ਉਤਾਰ ਰਹੇ ਸੀਗੇ, ਉਹ ਜਿੱਦਾਂ ਹੀ ਉਹ ਸੰਭਲਿਆ ਹੀ ਨਹੀਂ ਹੈ, ਉਹ ਨੀਚੇ ਗਿਰ ਗਿਆ, ਸਾਰਾ ਉਹਦਾ ਮਲ ਮੂਤਰ ਸਾਰਾ ਨਿਕਲ ਗਿਆ, ਵਾਏ ਹਾਏ। ਦਰਿਆ 'ਚੋਂ ਕੱਢੀਆਂ ਅਸੀਂ ਡੈੱਡ ਬੋਡੀਆਂ। ਖੈਰ ਕਰੋਨਾ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਸੰਸਕਾਰ ਕਰਾਏ ਨੇ, ਜਿਹਦੇ ਵਿੱਚ ਕਿ ਉਹਨਾਂ ਦੇ ਪਰਿਵਾਰ ਵੀ ਮਤਲਬ ਕਿ ਨੇੜੇ ਨਹੀਂ ਆ ਰਹੇ ਸੀਗੇ ਵੀ ਕਿਤੇ ਸਾਨੂੰ ਕਰੋਨਾ ਨਾ ਹੋ ਜਾਵੇ। ਅਸੀਂ PPE ਕਿੱਟਾਂ ਪਾ ਕੇ, ਇੱਕ ਬਸ ਜਨੂੰਨ ਸੀਗਾ ਕਿ ਸਮਾਜ ਸੇਵਾ ਦਾ, ਕੋਈ ਦਿਖਾਵਾ ਨਹੀਂ ਸੀ ਉਹ, ਔਰ ਨਾ ਹੀ ਮੇਰੀ ਕੋਈ NGO ਹੈ, ਨਾ ਹੀ ਮੇਰੀ ਕੋਈ ਸੰਸਥਾ, ਨਾ ਹੀ ਮੈਂ ਅੱਜ ਤੱਕ ਕਦੇ ਕਿਸੇ ਕੋਲੋਂ ਦੀ 1 ਰੁਪਈਆ ਲਿੱਤਾ। ਜੇ ਕਿਸੇ ਬੰਦੇ ਨੇ ਅੱਜ ਤੱਕ ਕਦੇ ਮੇਰੇ ਅਕਾਊਂਟ ਦੇ ਵਿੱਚ ਕੋਈ ਰੁਪਈਆ ਪਵਾਇਆ ਹੋਵੇ ਤਾਂ ਮੈਂ ਉਸ ਚੀਜ਼ ਦਾ ਜਵਾਬ ਦੇ ਹਾਂ। ਤੁਸੀਂ ਖੜ੍ਹੇ ਹੋ ਕੇ ਮੇਰੇ ਕੋਲ ਸਵਾਲ ਪੁੱਛ ਸਕਦੇ ਹੋ। ਅਤੇ ਸੰਸਕਾਰ ਕਰਾਏ, ਸਭ ਤੋਂ ਵੱਡੀ ਗੱਲ ਦੇਖੋ ਜੀ, 1000 ਡੈੱਡ ਬੋਡੀਆਂ ਦਾ ਸੰਸਕਾਰ ਕਰਾਏ। ਕਹਿੰਦੇ ਦੁਨੀਆ ਮੇਂ ਹਰ ਇੱਕ ਕੋ ਮੁਕੰਮਲ ਜਹਾਨ ਨਹੀਂ ਮਿਲਤਾ, ਕਿਸੀ ਕੋ ਜ਼ਮੀਨ ਨਹੀਂ ਮਿਲਤੀ, ਕਿਸੀ ਕੋ ਆਸਮਾਨ ਨਹੀਂ ਮਿਲਤਾ। ਔਰ ਮੇਰੀ ਮੰਮੀ ਨੂੰ ਕਰੋਨਾ ਹੋ ਗਿਆ ਸੀਗਾ, ਔਰ ਉਹਨਾਂ ਦੀ ਕਰੋਨਾ ਦੇ ਨਾਲ ਡੈੱਥ ਹੋਈ ਸੀ। ਤਸਵੀਰ ਵੀ ਲੱਗੀ ਉਸ ਵਕਤ, ਕਰੋਨਾ ਐਡੀ ਪੀਕ 'ਤੇ ਸੀ ਨਾ ਕਿ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਇੰਨਾ ਡਰ ਸੀ ਕਰੋਨਾ ਦੇ ਪ੍ਰਤੀ। ਔਰ ਮੈਨੂੰ ਪ੍ਰਸ਼ਾਸਨ ਨੇ ਕਹਿਤਾ ਸੀਗਾ ਵੀ ਤੁਸੀਂ ਸੰਸਕਾਰ ਨਹੀਂ ਕਰ ਸਕਦੇ ਜੀ, ਵੀ ਤੁਸੀਂ ਆਪਣੀ ਮਾਂ ਦੇ ਨੇੜੇ ਨਹੀਂ ਆ ਸਕਦੇ। ਉੱਥੇ ਬੜਾ ਪੰਗਾ ਪਿਆ ਮੇਰਾ SDM ਸਾਹਿਬ ਦੇ ਨਾਲ, SHO ਸਾਹਿਬ ਦੇ ਨਾਲ। ਮੈਂ ਕਿਹਾ ਜੀ, ਮੈਂ ਬੇਗਾਨੇ ਲੋਕਾਂ ਦੇ ਸੰਸਕਾਰ ਕਰਾ ਰਿਹਾ ਹੈਂ, ਅਤੇ ਕਿਆ ਮੈਂ ਆਪਣੀ ਮਾਂ ਦਾ ਸੰਸਕਾਰ ਨਹੀਂ ਕਰਵਾ ਸਕਦਾ? ਫਿਰ ਮੈਨੂੰ ਕਹਿੰਦੇ ਜੀ, ਤੁਸੀਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਲੱਭੋ ਫਿਰ ਵੀ ਜਿੱਥੇ ਕਿਤੇ ਸੰਸਕਾਰ ਨਾ ਹੋਇਆ ਹੋਵੇ, ਉੱਥੇ ਤੁਹਾਨੂੰ ਪਰਮਿਸ਼ਨ ਦੇ ਦਿੰਦੇ ਹਾਂ। ਉਸ ਦਿਨ ਪੈਦਾ ਸੀਗਾ ਮੀਂਹ, ਉਹ ਸਾਨੂੰ ਕੋਈ ਜਗ੍ਹਾ ਨਾ ਲੱਭੇ। ਮੈਂ ਕਿਹਾ ਜੀ, ਦੇਖੋ ਜੀ, ਜੋ ਮਰਜ਼ੀ ਹੋ ਜੇ, ਸੰਸਕਾਰ ਤਾਂ ਮੈਂ ਆਪਣੇ ਹੱਥ ਨਾਲ ਹੀ ਕਰਵਾਊਂਗਾ। ਫਿਰ ਉਹਨਾਂ ਨੇ ਕਿਸੇ ਤਰੀਕੇ ਸਾਨੂੰ ਚੰਡੀਗੜ੍ਹ, ਉੱਥੇ ਹੈਗਾ ਇਲੈਕਟ੍ਰੋਨਿਕ, ਉਹ ਕਹਿੰਦੇ ਜੀ ਤੁਸੀਂ ਚੰਡੀਗੜ੍ਹ, ਫਿਰ ਵੀ ਤੁਹਾਨੂੰ ਪਰਮਿਸ਼ਨ ਦਵਾਉਂਦੇ ਹਾਂ ਵੀ ਤੁਸੀਂ ਚੰਡੀਗੜ੍ਹ ਲੈ ਕੇ ਆਓ ਡੈੱਡ ਬੋਡੀ। ਫਿਰ ਚੰਡੀਗੜ੍ਹ ਅਸੀਂ ਲੈ ਕੇ ਗਏ ਡੈੱਡ ਬੋਡੀ। ਰਸਤੇ ਮੈਨੂੰ ਗੁਰਦਾਸ ਮਾਨ ਸਾਹਿਬ ਦਾ ਫੋਨ ਆਇਆ, ਉਹਨਾਂ ਨੇ ਮੇਰੇ ਨਾਲ ਹਮਦਰਦੀ ਕੀਤੀ। ਕੀ ਕਹਿੰਦੇ ਜੀ ਮਾਨ ਸਾਹਿਬ ਨੂੰ? ਮਾਨ ਸਾਹਿਬ ਉਹਨਾਂ ਨੇ ਰਵਾਤਾ ਸੀ ਮੈਨੂੰ। ਕੀ ਗੱਲ ਹੋਈ ਸੀ? ਉਹਨਾਂ ਨੇ ਮੈਨੂੰ ਕਿਹਾ ਸੀਗਾ ਸੇਠੀ, ਵਾਕਈ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਪੁੱਤ ਕੁ ਪੁੱਤ ਬਣੇ ਸੋ ਵਾਰੀ, ਮਾਂ ਰਹਿੰਦੀ ਮੈਂ ਬਣ ਕੇ,
ਪੁੱਤਰਾਂ ਦੇ ਲਈ ਖੈਰਾ ਮੰਗਦੀ ਫੇਰ ਫੇਰ ਕੇ ਮਣ ਕੇ, ਪੁੱਤ ਮੇਰੇ ਤੋਂ ਤੱਤੀਆਂ ਬਾਵਾਂ ਰਹਿਣ ਪਰੇ, ਮਾਵਾਂ ਠੰਡੀਆਂ ਛਾਵਾਂ ਛਾਵਾਂ ਗਾਉਣ। ਔਰ ਗੱਡੀ ਆਈ ਜਿਹੜੀ ਉਹਨਾਂ ਦੀ ਐਂਬੂਲੈਂਸ ਵੈਨ ਸੀਗੀ, ਬਸ ਸਾਨੂੰ ਉਹਨਾਂ ਨੇ ਪੀ ਪੀ ਕਿੱਟਾਂ ਪਾਤੀਆਂ। ਉਹ ਕਹਿੰਦੇ ਪੀ ਪੀ ਕਿੱਟਾਂ ਪਾ ਲਓ, ਇਸ ਤਰ੍ਹਾਂ ਨਹੀਂ ਤੁਹਾਨੂੰ ਉਹਨਾਂ ਦੇ ਕੋਲ ਜਾਣ ਦੇਣਾ। ਸਾਡੇ ਮੂੰਹ ਢੱਕੇ, ਮੇਰੇ ਕੋਲ ਅੱਜ ਵੀ ਫੋਟੋਆਂ ਪਈਆਂ ਸਾਰੀਆਂ। ਅਤੇ ਗੱਡੀ ਆਈ, ਉਹਨਾਂ ਨੇ ਖਿੱਚੀ ਇੱਕ ਅੱਡੀ ਵੱਡੀ ਸਾਰੀ ਮਸ਼ੀਨ 'ਚ ਸੀਗੀ ਇਲੈਕਟ੍ਰੋਨਿਕ, ਅਤੇ ਅਸੀਂ ਉਹ ਰੱਖਿਆ ਸੀਗਾ ਸ਼ਹਿਦ ਵਗੈਰਾ ਵੀ ਮੰਮੀ ਦੇ ਮੂੰਹ 'ਚ ਪਾਵਾਂਗੇ। ਉਹਨਾਂ ਨੇ ਸ਼ਹਿਦ ਵੀ ਨਹੀਂ ਪਾਉਣ ਦਿੱਤਾ, ਕਹਿੰਦੇ ਟੱਚ ਨਹੀਂ ਕਰਨਾ ਬਿਲਕੁਲ ਵੀ, ਮੈਂ ਦੂਰ ਖੜ੍ਹੇ ਰਹੋ, ਮੈਂ ਜੋ ਮੱਥਾ ਟੇਕਣਾ ਟੇਕ ਲਓ। ਚਲੋ ਜੀ, ਅਸੀਂ ਮੱਥਾ ਟੇਕਿਆ, ਉਹਨਾਂ ਨੇ ਚੱਕ ਕੇ ਅੰਦਰ ਵੜਤੇ, ਉਸ ਤੋਂ ਬਾਅਦ 'ਚ ਵੜਨ ਤੋਂ ਬਾਅਦ ਉਹ ਬੰਦ ਹੋ ਗਿਆ। ਅਤੇ ਬਸ ਇੱਕ ਸਾਨੂੰ ਉੱਥੇ ਥੋੜ੍ਹੀ ਜਿਹੀ ਆਵਾਜ਼ ਸੁਣਾਈ ਦਿੱਤੀ ਆ, ਗਰ ਠੀਕ ਹੈ ਜੀ। ਅਤੇ ਕਹਿੰਦੇ ਸਵੇਰੇ ਆ ਕੇ ਆਪਣੇ ਫੁੱਲ ਲੈ ਜਾਣਾ, ਜਾਓ। ਇਸ ਤਰ੍ਹਾਂ ਦਾ ਵੀ ਦੌਰ ਦੇਖਿਆ। ਬਾਕੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਜਿਵੇਂ ਕਹਿੰਦੇ ਨਾ, ਰੁੱਖਾਂ ਦਾ ਨਹੀਂ ਡਰ ਮੈਨੂੰ, ਛਾਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਹੁਣ ਮੈਂ ਇੰਨੀਆਂ ਵਧੀਆ ਵਧੀਆ ਵੀਡੀਓ ਪਾਉਂਦਾ ਸੀ ਫੇਸਬੁੱਕਾਂ ਦੇ ਵਿੱਚ, ਕਦੇ ਕਿਹਨੂੰ ਚੁੱਕਿਆ, ਕਦੇ ਐਕਸੀਡੈਂਟ ਦੇ ਵਿੱਚ ਕਿਹਨੂੰ ਚੁੱਕਿਆ, ਲੋਕ ਐਡੇ ਵਧੀਆ ਵਧੀਆ ਕਮੈਂਟ ਕਰ ਦਿੰਦੇ ਸੀਗੇ ਸਾਨੂੰ। ਪਰ ਜਦੋਂ ਮੇਰੇ ਨਾਲ ਕੰਟਰੋਵਰਸੀ ਹੋਈ, ਜਦੋਂ ਮੈਂ ਕਮੈਂਟ ਪੜ੍ਹੇ ਨਾ, ਤਾਂ ਮੈਂ ਅੰਦਰੋਂ ਟੁੱਟ ਗਿਆ ਸੀ ਇੱਕ ਵਾਰੀ। ਮੈਂ ਕਿਹਾ ਯਾਰ, ਇਹ ਦੁਨੀਆ ਬਸ ਲੋਕ ਉਹ ਦੁਨੀਆ ਬਹੁਤ ਛੇਤੀ ਭੁੱਲ ਜਾਂਦੀ ਆ ਜੀ ਭੁਲਾਈਆਂ। ਲੋਕ ਇਹ ਸੋਚਦੇ ਨੇ ਵੀ ਬਸ ਇਹ ਤਾਂ ਕਿਸੇ ਨੂੰ ਖੂਨ ਦਾਨ ਕਰਨ ਦਾ ਆਪਣਾ, ਪਤਾ ਕਿੰਨੇ ਕੁ ਲੋਕਾਂ ਨੂੰ ਉਹਦੇ ਖੂਨਦਾਨ ਕਰਵਾਏ, ਕੋਈ ਨਹੀਂ ਮੰਨਦਾ। ਚਲੋ ਛੱਡੋ, ਖੈਰ ਉਹ ਤਾਂ ਮੰਨਦਾ ਨਾ ਪਰਮਾਤਮਾ। ਅੱਛਾ, ਜਦੋਂ ਤੁਸੀਂ 4 ਦਿਨ ਅੰਦਰ ਰਹਿ ਕੇ ਆਏ ਹੋ, ਅੰਦਰ ਜਦੋਂ ਰਹੇ ਹੋ ਉਹ ਕੀ ਟਾਈਮ ਸੀਗਾ ਜੀ, ਅੰਦਰਲਾ ਮਾਹੌਲ ਕੀ ਸੀਗਾ, ਉਹ ਤੁਹਾਡੇ ਮਾਨਸਿਕ ਤੌਰ 'ਤੇ ਉਹਨੇ ਤੁਹਾਨੂੰ ਕਿੰਨਾ ਕੁ ਇਫੈਕਟ ਕੀਤਾ? ਨਹੀਂ ਨਹੀਂ, ਅੰਦਰ ਮੈਨੂੰ ਐਸਾ ਕੁਛ ਨਹੀਂ, ਤਾਂ ਅੰਦਰ ਮੇਰੇ ਨਾਲ ਸਾਰਿਆਂ ਨੇ ਹਮਦਰਦੀ ਕੀਤੀ ਗੱਲ, ਚੱਲ ਯਾਰ ਸੇਠੀ ਅੰਦਰ ਤਾਂ ਐਵੇਂ ਤਾਂ ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਰਦਾਰ ਲੋਕ ਅੱਜ ਵੀ ਸਾਡੇ ਕੋਲ ਆਉਂਦੇ ਆ, ਮੈਨੂੰ ਬਹੁਤ ਪਿਆਰ ਕਰਦੇ ਆ, ਮੈਂ ਅੱਜ ਵੀ ਗੁਰਦੁਆਰੇ ਜਾਂਦਾ, ਸਾਰੇ ਮੱਥਾ ਟੇਕਦਾ, ਠੀਕ ਹੈ। ਹੁਣ ਕਿਸੇ ਕੁਣਬੇ ਦੇ ਵਿੱਚ ਇੱਕ ਦੋ ਬੰਦੇ ਹੁੰਦੇ ਆ ਇਸ ਤਰ੍ਹਾਂ ਦੇ, ਜਿਵੇਂ ਮਹਿਫਲ ਲਾਉਂਦੇ ਹੁੰਦੇ ਸੀ ਫਿਰ ਤੁਸੀਂ? ਹਾਂ, ਮੈਂ ਤਾਂ ਉੱਥੇ ਜਾ ਕੇ, ਉੱਥੇ ਮੇਰੇ ਆਲੇ ਦੁਆਲੇ ਬੈਠੇ ਸਾਰੇ, ਮੈਂ ਕਿਹਾ ਤੂੰ ਕਿਹੜੇ ਕੇ 'ਚ ਆਇਆ ਓਏ, ਮੈਂ ਜੀ ਆਇਆ NDPS 'ਚ, ਤੂੰ ਬਈ? ਮੈਂ ਆਇਆ ਜੀ ਮਰਡਰ ਦੇ ਕੇਸ 'ਚ, ਤੂੰ ਆਏ? ਮੈਂ ਚੋਰੀ ਦੇ ਕੇਸ 'ਚ। ਮੈਂ ਕਿਹਾ ਸੁਣੋ ਮੇਰੀ ਗੱਲ, ਸਾਲੇ ਫਸ ਤਾਂ ਗਈ ਹੋ, ਠੀਕ ਹੈ, ਜੇਲ੍ਹ 'ਚ ਚੱਲ ਰਹੀ। ਹਾਂ, ਇਹ ਤਾਂ ਹੁਣ ਜਿਹੜੇ ਇੱਥੇ ਦਿਨ ਕੱਟਣੇ ਆ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਕੱਟਣੇ ਪੈਣੇ ਆ, ਸੋ ਇਸ ਕਰਕੇ ਜੇ ਹੱਸ ਕੇ ਕੱਟੋਗੇ ਤਾਂ ਤੁਹਾਡੇ ਸਰੀਰ ਵੀ ਠੀਕ ਰਹਿਣਗੇ, ਜੇ ਟੈਨਸ਼ਨਾਂ ਲਈ ਜਾਊਂਗੇ ਨਾ ਮੇਰੀ ਜਮਾਤ ਕਦੋਂ ਹੋਣੀ ਹੈ, ਮੈਂ ਬਾਹਰ ਕਦੋਂ ਜਾਊਂਗਾ, ਸਾਲੋ ਕਦੇ ਇੱਥੇ ਨਾ ਮਰ ਜਾਓ ਸੁੱਕੇ। ਫਿਰ ਉਹਨਾਂ ਨੂੰ ਮੈਂ ਪੀਪਾ ਪਿਆ ਸੀ ਉੱਥੇ ਇੱਕ, ਮੈਂ ਕਿਹਾ ਤੁਹਾਨੂੰ ਗਾਣਾ ਸੁਣਾਵਾਂ। ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ, ਹਾਸੇ ਨਾਲ ਕਹਿਵੇਂ ਜਵਾਨੀ ਦੋਸਤੋ, ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ, ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ, ਸੋਨੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ, ਖੈੜਾ ਖੁਸ਼ੀ ਦਾ ਨਾ ਛੱਡੋ, ਓਏ ਘਰੋਂ ਦੁੱਖ ਪੀੜਾ ਕੱਢੋ, ਕਿਹੜਾ ਖੁਸ਼ੀ ਦਾ ਨਾ ਛੱਡੋ, ਘਰੋਂ ਦੁੱਖ ਪੀੜਾ ਕੱਢੋ, ਖੁਸ਼ੀ ਹੋਵੇ ਨੱਚਣਾ ਜ਼ਰੂਰ ਚਾਹੀਦਾ, ਥੋੜ੍ਹਾ 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 ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਰੁੱਤ ਮਸਤਾਨੀ ਵਿੱਚ ਚੜ੍ਹਦੀ ਜਵਾਨੀ ਵਿੱਚ ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ, ਥੋੜ੍ਹਾ 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 ਥੋੜ੍ਹਾ। ਅੱਛਾ, ਫਿਰ ਅੰਦਰ ਕਿੱਦਾਂ ਖਾਣਾ ਪੀਣਾ ਔਰ ਸਭ ਸਾਰੀਆਂ ਚੀਜ਼ਾਂ? ਖਾਣਾ ਪੀਣਾ ਤਾਂ ਭਾਅ ਜੀ ਜੇਲ੍ਹ ਹੀ ਆ ਉਹ,
ਠੀਕ ਹੈ ਨਾ ਜੀ। ਜੇਲ੍ਹ ਤਾਂ ਫਿਰ ਜੇਲ੍ਹ ਹੀ ਹੁੰਦੀ ਹੈ, ਭਾਵੇਂ ਜਿੰਨੀਆਂ ਮਰਜ਼ੀ ਉੱਥੇ ਫੈਸਿਲਿਟੀਆਂ ਮਿਲੀ ਜਾਣ ਤੁਹਾਨੂੰ, ਉਹਨਾਂ ਦੀ ਹੀ ਪਾਬੰਦੀਆਂ ਹੁੰਦੀਆਂ ਨੇ ਵੀ ਇੰਨੇ ਵਜੇ ਉੱਠਣਾ, ਇੰਨੇ ਵਜੇ ਸੋਣਾ, ਇੰਨੇ ਵਜੇ ਆਹ ਕਰਨਾ, ਇੰਨੇ ਵਜੇ ਉਹ ਕਰਨਾ, ਬਸ ਇੱਕ ਚਾਰ ਦੀਵਾਰੀ ਹੈ। ਜੇਲ੍ਹਾਂ 'ਚ ਬੰਦ ਗੁਲਾਮ ਰਹਿ ਜਾਂਦੇ ਨੇ, ਕਿਤਾਬਾਂ 'ਚ ਲਿਖੇ ਪੈਗਾਮ ਰਹਿ ਜਾਂਦੇ ਨੇ, ਪਹਿਲੀ ਮੁਲਾਕਾਤ ਕਿਸੇ ਨੂੰ ਯਾਦ ਰਹੇ ਜਾਂ ਨਾ ਰਹੇ, ਯਾਦ ਸਭ ਨੂੰ ਆਖਰੀ ਸਲਾਮ ਰਹਿ ਜਾਂਦੇ ਨੇ। ਪਰ ਫਿਰ ਵੀ ਜੀ ਮੈਂ ਪਰਮਾਤਮਾ ਦਾ, ਸੱਚੇ ਪਾਤਸ਼ਾਹ ਦਾ, ਵਾਹਿਗੁਰੂ ਦਾ, ਜਿਹਦੀਆਂ ਮੈਂ ਪ੍ਰਭਾਤ ਫੇਰੀਆਂ ਦੇ ਵਿੱਚ ਜਾਂਦਾ ਰਿਹਾ, ਜਿਹਨੇ ਮੇਰੇ 'ਤੇ ਕਿਰਪਾ ਕੀਤੀ ਹੈ, ਜਿਹਨੇ ਐਡਾ ਪਿਆਰਾ ਗੀਤ ਹੱਥੋਂ ਲਿਖਵਾਇਆ, ਛੱਡ ਮਾਲਕ 'ਤੇ ਡੋਰਾਂ, ਮੈਂ ਉਹਦਾ ਬੜਾ ਧੰਨਵਾਦ ਕਰਦਾ ਕਿ ਉਹਨੇ ਅੱਜ ਵੀ ਮੈਨੂੰ ਉਸੇ ਤਰੀਕੇ ਦੇ ਨਾਲ ਹੀ ਬਰਕਰਾਰ ਰੱਖਿਆ। ਉਸ ਤੋਂ ਬਾਅਦ ਦੇ ਵਿੱਚੋਂ ਦੀ ਮੈਨੂੰ ਮਾਧੁਰੀ ਦੀਕਸ਼ਿਤ ਤੋਂ ਅਵਾਰਡ ਮਿਲਿਆ ਬੰਬੇ, ਕਈ ਫੋਟੋਆਂ ਲੱਗੀਆਂ ਹਰਭਜਨ ਸਿੰਘ ਜੀ ਤੋਂ। ਨਹੀਂ ਜਦੋਂ ਤੁਸੀਂ ਉੱਥੋਂ ਬਾਹਰ ਆਏ ਤਾਂ ਮਾਨ ਸਾਹਿਬ ਨਾਲ ਗੱਲ ਹੋਈ ਤੁਹਾਡੀ ਆ ਕੇ ਬਾਹਰ? ਮੈਂ ਮਿਲਣ ਗਿਆ ਸੀ, ਮੈਨੂੰ ਕਿਹਾ ਸਾਡੀ ਕੋਈ ਗੱਲ ਨਹੀਂ, ਦਿਨ ਚੰਗੇ ਹੋਣ ਭਾਵੇਂ ਮਾੜੇ ਰੱਬ ਵਿਖਾਉਂਦਾ ਜ਼ਰੂਰ ਹੈ, ਰੋਟੀ ਸੁੱਕੀ ਹੋਵੇ ਭਾਵੇਂ ਚੋਪੜੀ ਰੱਬ ਖਵਾਉਂਦਾ ਜ਼ਰੂਰ ਹੈ। ਹੋ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੇ ਹਾਦਸੇ। ਉਹਦੇ ਦਰਬਾਰ 'ਤੇ ਤਾਂ ਨਹੀਂ ਤੂੰ ਨੀਵਾਂ ਪਿਆ ਨਾ, ਉਹਨੇ ਤਾਂ ਨਹੀਂ ਤੈਨੂੰ ਠੁਕਰਾਇਆ, ਉਹਨੇ ਤਾਂ ਤੈਨੂੰ ਉੱਥੇ ਰੱਖਿਆ ਹੈ ਜਿੱਥੇ ਤੂੰ ਹੈ। ਉਸ ਤੋਂ ਬਾਅਦ 'ਚੋਂ ਦੇਖੋ ਮੇਰਾ ਢਾਬਾ, ਆ ਸਾਨੂੰ ਨਾਲ ਵਾਲੀ ਜਗ੍ਹਾ ਮਿਲ ਗਈ। ਬਸ ਜੀ ਮੈਂ ਤਾਂ ਸੱਚੇ ਪਾਤਸ਼ਾਹ ਦੇ ਉੱਤੇ ਬਹੁਤ ਕਿਰਪਾ ਮੇਰੇ ਉੱਤੇ, ਹਾਂ ਦੌਰ ਸੀ, ਕਈ ਵਾਰੀ ਇਨਸਾਨ 'ਤੇ ਆ ਜਾਂਦਾ ਹੁੰਦਾ। ਇਸ ਤਰ੍ਹਾਂ ਦੇ ਲੋਕ ਵੀ ਦੇਖੇ ਨੇ ਜਿਨ੍ਹਾਂ ਨੂੰ, ਜਿਹੜੇ ਐਡੀ ਵਧੀਆ ਸੈਰ ਕਰਨਗੇ, ਕੋਈ ਨਸ਼ਾ ਨਹੀਂ ਕਰਦੇ, ਟਾਈਮ 'ਤੇ ਰੋਟੀ ਖਾਣੀ ਹੈ, ਟਾਈਮ 'ਤੇ ਖਾਣਾ ਪੀਣਾ, ਟਾਈਮ 'ਤੇ ਸੋਣਾ, ਇਹੋ ਜਿਹੇ ਲੋਕਾਂ ਨੂੰ ਕੈਂਸਰ ਹੋ ਜਾਂਦੇ ਨੇ। ਲੋਕ ਸਵੇਰੇ ਸਵੇਰੇ, ਮੈਂ ਇੱਕ ਦਿਨ ਇੱਕ ਸੀ ਬੰਦਾ ਚੱਕਿਆ ਉਸਨੇ ਇੱਥੇ, ਇੱਥੋਂ ਪਾਰਕ 'ਚੋਂ ਬੰਦਾ ਸੈਰ ਕਰ ਰਿਹਾ ਸੀਗਾ, ਸੈਰ ਕਰਦੇ ਕਰਦੇ ਨੂੰ ਹਾਰਟ ਅਟੈਕ ਹੋ ਗਿਆ। ਉਸ ਤੋਂ ਬਾਅਦ 'ਚ ਉਹਨੂੰ ਚੁੱਕ ਕੇ ਲੈ ਕੇ ਗਏ, ਪੋਸਟਮਾਰਟਮ ਕਰਾਇਆ, ਉਸ ਤੋਂ ਬਾਅਦ 'ਚ ਉਹਦੀ ਡੈੱਡ ਬੋਡੀ ਲੈ ਕੇ ਆਏ। ਉਹਨਾਂ ਦੇ ਰਿਸ਼ਤੇਦਾਰ ਗੱਲਾਂ ਕਰ ਰਹੇ ਸੀ ਕਿ ਇਸ ਬੰਦੇ ਨੇ ਅੱਜ ਤੱਕ ਕਦੇ ਸ਼ਰਾਬ ਨਹੀਂ ਪੀਤੀ, ਇਸ ਬੰਦੇ ਨੇ ਅੱਜ ਤੱਕ ਕਦੇ ਕੋਈ ਨਸ਼ਾ ਨਹੀਂ ਕੀਤਾ। ਕੁਛ ਵੀ ਹੋ ਸਕਦਾ ਇਨਸਾਨ ਦਾ। ਸ਼੍ਰੀ ਸਾਹਿਬ ਬਹੁਤ ਚੰਗਾ ਲੱਗਾ ਗੱਲ ਕਰਕੇ ਤੁਹਾਡੇ ਨਾਲ। ਮੈਂ ਚਾਹੁੰਦਾ ਹੈਗਾ ਕਿ ਗੱਲ ਕਰੀਏ, ਕੋਈ ਚੰਗੀਆਂ ਗੱਲਾਂ ਚਾਰ ਲੋਕਾਂ ਤੱਕ ਪਹੁੰਚਣ। ਅੱਜ ਕੱਲ੍ਹ ਸਮਾਜ ਜਿੱਦਾਂ ਦਾ ਹੈਗਾ, ਉਹਦੇ 'ਚ ਚੰਗੀਆਂ ਗੱਲਾਂ ਜੋ ਪਹੁੰਚਦੀਆਂ ਹੈਗੀਆਂ ਤਾਂ ਲੋਕਾਂ ਦਾ ਭਲਾ ਹੀ ਹੋ ਜਾਂਦਾ। ਬਸ ਜੀ ਚੰਗੇ ਕੰਮ ਕਰੋ, ਆਪਣੇ ਕਰਮ ਕਰਦੇ ਰਹੋ। ਬਾਕੀ ਇਹ ਫੇਸਬੁੱਕ ਦੀ ਦੁਨੀਆ ਨਾ, ਜਿਹੜੀ ਸੋਸ਼ਲ ਮੀਡੀਆ ਦੀ ਦੁਨੀਆ, ਕਹਿੰਦਾ ਜੇ ਸੋਸ਼ਲ ਮੀਡੀਆ ਕੀ ਦੁਨੀਆ ਵੀ ਕਿਤਨੀ ਪਾਬੰਦ ਹੈ, ਫੇਸਬੁੱਕ 'ਤੇ ਤੋ ਦੋਸਤ ਹੈ ਹਜ਼ਾਰੋਂ, ਭਾਈ ਭਾਈ ਕੀ ਬੋਲ ਚਾਲ ਬੰਦ ਹੈ। ਇਹ ਲਾਈਕ ਜਿਹੜੇ ਆਉਂਦੇ ਆ ਨਾ, ਕਮੈਂਟ ਆਉਂਦੇ ਨੇ, ਖੈਰ ਜਦੋਂ ਔਖਾ ਟਾਈਮ ਆਉਂਦਾ ਨਾ, ਪਹਿਲਾਂ ਸਵੇਰੇ ਪਾ ਦਿਓ ਫੇਸਬੁੱਕ ਦੇ ਵਿੱਚ ਅੱਜ ਮੈਨੂੰ 20,000 ਰੁਪਏ ਦੀ ਲੋੜ ਹੈ, ਜੇ ਕੋਈ ਹੈਲਪ ਮੇਰੀ ਕਰ ਸਕਦਾ ਤਾਂ ਦੱਸੋ। ਸੋਸ਼ਲ ਮੀਡੀਆ ਇਹ ਆਪਣੇ ਤਰੀਕੇ ਨਾਲ ਚੱਲਦੀ ਹੈ। ਇੱਕ ਜ਼ਮਾਨਾ ਹੁੰਦਾ ਸੀਗਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਸਿਰਫ ਦੋ ਹੀ ਚੈਨਲ ਹੁੰਦੇ ਸੀ, ਇੱਕ ਦਿੱਲੀ ਦੂਰਦਰਸ਼ਨ, ਇੱਕ ਜਲੰਧਰ। ਉਹ ਵੀ ਅਸੀਂ ਐਂਟੀਨੇ ਦੀਆਂ ਤਾਰਾਂ ਠੀਕ ਕਰਨੀਆਂ, ਦੇਖੀ ਹੋਏ ਆ ਗਿਆ, ਆਹ ਹੁਣ ਤਾਂ ਨਹੀਂ ਦਾਣੇ ਆ ਰਹੇ, ਆਹ ਚੈੱਕ ਕਰੀ। ਔਰ ਅੱਜ ਤਾਂ ਹਰ ਬੰਦੇ ਦਾ ਆਪਣਾ ਚੈਨਲ ਆ। ਨਹੀਂ ਜੀ, ਇੰਸਟਾਗ੍ਰਾਮ 'ਤੇ ਕਿਸੇ ਦੀ ਆਪਣੀ ਆਈ ਡੀ ਹੈ, ਫੇਸਬੁੱਕ 'ਤੇ ਕਿਹਦੀ ਆਈ ਡੀ ਹੈ। ਔਰ ਦੁਨੀਆ ਦੇਖੋ ਕਿੱਡੀ ਅੱਗੇ ਵਧੀ ਜਾ ਰਹੀ ਹੈ ਦਿਨ ਬ ਦਿਨ। ਅਸੀਂ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਅਮਰੀਕਾ ਦੇ ਵਿੱਚ ਵੀਡੀਓ ਕਾਲ 'ਤੇ ਇੱਕ ਦੂਸਰੇ ਨਾਲ ਗੱਲ ਕਰਿਆ ਕਰਾਂਗੇ। ਹੁਣ ਸਰਕਾਰ ਕਹਿੰਦੀ ਆ, ਸਾਇੰਸ ਕਹਿੰਦੀ ਹੈ ਕਿ ਪਾਣੀ ਬਚਾਓ, 20 ਸਾਲਾਂ ਬਾਅਦ ਪਾਣੀ ਖਤਮ ਹੋ ਜਾਏਗਾ, ਕੋਈ ਯਕੀਨ ਨਹੀਂ ਕਰਦਾ। ਉਹੀ ਹੈ ਨਾ, ਜੇ ਕਿਤੇ ਪੇੜਾਂ 'ਤੇ ਵਾਈਫਾਈ ਲੱਗਦੇ ਨਾ ਤਾਂ ਲੋਕ ਬੜੇ ਪੇੜ ਲਾਉਂਦੇ, ਪਰ ਅਫਸੋਸ ਇਹ ਸਾਨੂੰ ਆਕਸੀਜਨ ਦਿੰਦੇ ਆ, ਕੋਈ ਲਾਉਂਦਾ ਨਹੀਂ ਹੈ। ਸੋ ਮੈਂ ਤਾਂ ਸਮਾਜ ਸੇਵੀ ਹਾਂ ਜੀ, ਮੈਂ ਤਾਂ
ਇਸ ਤਰ੍ਹਾਂ ਦੀਆਂ ਗੱਲਾਂ ਕੱਢਦਾ ਨਾ ਹਰ ਥਾਂ 'ਤੇ ਜਾ ਕੇ, ਕਦੇ ਕਿਤੇ ਚੀਫ ਗੈਸਟ ਸਾਨੂੰ ਕੋਈ ਬਣਾ ਲੈਂਦਾ, ਕਦੇ ਕੀ ਕਦੇ ਕੀ। ਧੰਨਵਾਦ ਸਟੇਟ ਸਾਹਿਬ, ਥੈਂਕ ਯੂ। ਮਿਹਰਬਾਨੀ ਜੀ, ਜਿੰਨੇ ਵੀ ਸਾਨੂੰ ਸਾਰੇ ਸਰੋਤੇ ਦੇਖ ਰਹੇ ਹੋ, ਅੱਛੇ ਕੰਮ ਕਰੋ, ਕੋਈ ਗੱਲ ਨਹੀਂ। ਕੀ ਹੋਇਆ ਜੇ ਚਾਰ ਦਿਨ ਸਖਤ ਆ ਗਏ, ਇੱਥੇ ਸਦਾ ਮਜਬੂਰੀਆਂ ਰਹਿੰਦੀਆਂ ਨਹੀਂ, ਜੇ ਹੱਸ ਕੇ ਕੰਮ ਨਾ ਬਣੇ ਤੇਰਾ, ਇੱਥੇ ਰੋਇਆਂ ਵੀ ਪੂਰੀਆਂ ਪੈਂਦੀਆਂ ਨੇ। ਹਜ਼ਰਾਤ, ਮੈਂ ਤੁਹਾਡਾ ਆਪਣਾ ਕਾਸਦ ਲੰਕੇਸ਼ ਤ੍ਰਿਖਾ। ਸਾਡੀ ਟੀਮ ਬਹੁਤ ਮਿਹਨਤ ਕਰਦੀ ਹੈ ਤੁਹਾਡੇ ਲਈ ਰਿਸਰਚ, ਫੈਕਟਸ ਅਤੇ ਡੀਪ ਐਨਾਲਿਸਿਸ ਬੇਸਡ ਵੀਡੀਓ ਕੰਟੈਂਟ ਤਿਆਰ ਕਰਨ ਦੇ ਲਈ। ਬੜੀ ਖੁਸ਼ੀ ਦੀ ਗੱਲ ਹੋਏਗੀ ਜੇ ਤੁਸੀਂ ਸਾਡੇ ਚੈਨਲ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਕਰੋ ਅਤੇ ਨਾਲ ਦੀ ਨਾਲ ਬੈੱਲ ਆਈਕਨ ਨੂੰ ਦਬਾ ਦਿਓ। ਅਤੇ ਜੇ ਇਹ ਵੀਡੀਓ ਤੁਸੀਂ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਫੋਲੋ ਕਰੋ। ਅਤੇ ਜੇ ਤੁਸੀਂ ਸਾਡੇ ਚੈਨਲ ਨੂੰ ਵਟਸਐਪ 'ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣਾ ਵਟਸਐਪ ਖੋਲ੍ਹੋ, ਉੱਥੇ ਅਪਡੇਟਸ 'ਚ ਜਾਓ, ਸਾਡੇ ਚੈਨਲ ਐਡਰੈਸ ਇਟਸ ਨੂੰ ਉੱਥੇ ਸਰਚ ਕਰੋ ਅਤੇ ਸਾਡੇ ਚੈਨਲ ਨੂੰ ਉੱਥੇ ਤੁਸੀਂ ਐਡ ਔਨ ਕਰ ਸਕਦੇ ਹੋ।